ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਨਵੀ ਫਿਰੋਜ਼ਪੁਰ ਬਲੰਡ ਐਂਡ ਆਮ ਦਾ ਕਵਰ ਸਟਾਰ ਆਫ ਬੱਲੇਬਾਲੀ ਮੈਗਜ਼ੀਨ ਪੋਲੀ ਜੇ ਹੀ ਮਾਂ ਮੇਰੀ ਗਲਾਂ ਕਰੇ ਰੱਬ ਨਾ ਦੁੱਖ ਮੇਰੇ ਰੱਖ ਲੈਂਦੀ ਖੁਸ਼ੀ ਵੰਡੇ ਸਭ ਨਾ ਉਹਦੀ ਕੋਈ ਤਮਨਾ ਬਸ ਇਨੀ ਗੱਲ ਮੰਨਾ ਰੋਟੀ ਟਾਈਮ ਨਾਲ ਖਾਵਾਂ ਜ਼ਿੰਮੇਵਾਰੀ ਚੁੱਕ ਲਵਾਂ ਮੇਰੀ ਉਮੀਦ ਏ ਖੁਸ਼ੀ ਵਿੱਚ ਸਦਾ ਖੁਸ਼ ਰਹਿਮਾਂ ਇੱਕ ਪਾਠ ਰੋਜ਼ ਕਰਾਇਓ ਦਾ ਹਾਲ ਪੁੱਛ ਲਵਾਂ ਤੇ ਕੀ ਇੰਪੈਕਟ ਹੈ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਜੋ ਤੁਸੀਂ ਗੀਤ ਲਿਖਦੇ ਹੋ ਕਿਉਂਕਿ ਤੁਸੀਂ ਸਪੋਰਟ ਮੈਂ ਤਾਂ ਤੁਸੀਂ ਹੀ ਆ ਦੇਖੋ ਪਿਛਲੇ 3 ਸਾਲਾਂ ਤੋਂ ਰੋਮਾਂਟਿਕ ਗਾਣੇ ਲਿਖੀ ਜਾ ਰਹੇ ਤਾਂ ਸੋਚ ਲਓ ਕਿ ਕੀ ਇੰਪੈਕਟ ਹੋਏਗਾ ਬਿਲਕੁਲ ਮਤਲਬ ਉਹ ਸਾਰੇ ਡੈਡੀਕੇਟਿਡ ਉਹਨਾਂ ਨੂੰ ਹੈਨਾ ਆਬਵੀਅਸਲੀ ਉਹਨ ਪੇਰੈਂਟਸ ਬਣ ਕੇ ਸਾਨੂੰ ਸਮਝ ਆਉਂਦੀ ਹੈ ਕਿ ਉਹ ਆਪਣੀ ਜਗ੍ਹਾ ਤੇ ਸਹੀ ਨਹੀਂ ਅਸੀਂ ਆਪਣੀ ਜਗ੍ਹਾ ਤੇ ਚਲੋ ਪਤਾ ਨਹੀਂ ਸਹੀ ਸੀ ਜਾਂ ਕਰੋ ਤੁਸੀਂ ਤੇ ਤੁਸੀਂ ਜੰਮੇ ਬਲੇ ਉਹ ਜਿਹੜੇ ਲੋਕਾਂ ਚ ਰਹੇ ਹੋ ਉਹਨਾਂ ਨੂੰ ਮਿਲਦੇ ਹੋ ਨਾ ਤਾਂ ਉਹਨਾਂ ਨੂੰ ਤੁਹਾਡੇ ਨਾਲ ਕੋਈ ਇੰਨੇ ਬਹੁਤੇ ਮਤਲਬ ਨਹੀਂ ਹੈਗੇ ਤੁਸੀਂ ਬਾਰਲੀ ਦੁਨੀਆ ਚ ਮੋਸਟਲੀ ਜਿੰਨੇ ਤੋਂ ਲੋਕ ਨੇ ਉਹ ਕੰਮ ਲਈ ਫੋਨ ਕਰਦੇ ਨੇ ਹੁਣ ਜੈਜੀਪਾ ਜੀ ਨਾਲ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਉਹਨਾਂ ਨਾਲ ਗੱੜਾ ਕਰੂੰਗਾ ਜਾਂ ਮਰਿੰਦਰ ਭਾਜੀ ਨਾਲ ਕਰੂੰਗਾ ਜਾਂ ਗਿੱਪੀ ਭਾਜੀ ਨਾਲ ਕਰੂੰਗਾ ਇਹ ਚੀਜ਼ਾਂ ਨਾ ਆਪੇ ਕੜੀਆਂ ਜੁੜਦੀਆਂ ਜਾਂਦੀਆਂ ਕਿਤੇ ਨਾ ਕਿਤੇ ਸਤਿ ਸ਼੍ਰੀ ਅਕਾਲ ਨਵੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਠੀਕ ਹੋ ਤੁਸੀਂ ਬਹੁਤ ਵਧੀਆ ਵੈਲਕਮ ਟੂ ਬੱਲੇ ਬੋਲੀ ਮੈਗਜ਼ੀਨਸ ਆਫਿਸ ਐਂਡ ਯੂ ਆਰ ਇਨ ਕਨਵਰਸੇਸ਼ਨ ਵਿਦ ਸਾਖਸ਼ੀ ਪਹਿਲਾਂ ਮੈਨੂੰ ਤਾਂ ਸੋ ਤੁਹਾਡਾ ਮੂਡ ਕਿਵੇਂ ਦਾ ਹੈ ਮੂਡ ਤੁਸੀਂ ਦੇਖ ਹੀ ਰਹੇ ਹੋ ਮੈਂ ਐਡਾ ਤਾਂ ਨਹੀਂ ਗੁੱਸਾ ਕਿਸੇ ਹੋਰ ਤੇ ਸੀ ਨਹੀਂ 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 ਹੋ ਗਿਆ ਨਹੀਂ ਉਹ ਐਵੇਂ ਨਹੀਂ ਹੈ ਕਿ ਅੱਛਾ ਉਲਟਾ ਗਿਆ ਰਿਹਾ ਤੁਸੀਂ ਤਾਂ ਮੈਨੂੰ ਵੀ ਕਨਫਿਊਜ਼ ਕਰ ਮੂਡ ਮੇਰਾ ਬੜਾ ਵਧੀਆ ਮੈਂ ਬੜਾ ਖੁਸ਼ ਹਾਂ ਪਿਛਲੇ ਇੰਨੇ ਟਾਈਮ ਤੋਂ ਤੁਸੀਂ ਦੇਖ ਹੀ ਰਹੇ ਹੋ ਫਿਰ ਮੈਂ ਬੇਚ ਚ ਮਾਹੌਲ ਹੀ ਬੜਾ ਵਧੀਆ ਕ੍ਰੀਏਟ ਕੀਤਾ ਹੋਇਆ ਸੋ ਮੂਡ ਆਪੇ ਵਧੀਆ ਹੋ ਜਾਂਦਾ ਹੁਣ ਮੈਂ ਬੇਚ ਚ ਅਗੋ ਕੇ ਸਵਾਲ ਕੀ ਹਾਂਜੀ ਹਾਂਜੀ ਜੋ ਮਰਜ਼ੀ ਪੁੱਛੋ ਠੀਕ ਹੈ ਨਾ ਵੀ ਸਾਨੂੰ ਪਤਾ ਤੁਸੀਂ ਸਕੂਲ ਦੀ ਮੈਗਜ਼ੀਨ ਦੇ ਵਿੱਚ ਤੁਹਾਡੇ ਛੋਟੇ ਛੋਟੇ ਆਰਟੀਕਲਸ ਛਾਪਦੇ ਸੀਗੇ ਹਾਂ ਆਰਟੀਕਲਸ ਕਹਿ ਲਓ ਜਾਂ ਪੋਇਮ ਜਦੋਂ ਮੈਂ ਪੋਇਮ ਨਹੀਂ ਕਹਿ ਸਕਦੇ ਉਹ ਟਰਾਈ ਜੇ ਕੀਤਾ ਸੀਗਾ ਉਸ ਟਾਈਮ ਨਾ ਹਨਾ ਤਾਂ ਕੋਈ ਜ਼ਿਆਦਾ magazines ਐ ਵੀ ਨਹੀਂ ਬਹੁਤ magazines ਛਪੀਆਂ ਇੱਕ ਇੱਕ ਵਾਰ ਨਹੀਂ ਆਈ I think ਇੱਕ ਦੋ ਵਾਰੀ ਇਦਾਂ ਹੋਇਆ ਸੀਗਾ ਹਾਂਜੀ ਤੇ ਸਕੂਲ ਦੀ ਮੈਗਜ਼ੀਨ ਤੇ ਛਪਨ ਤੋਂ ਬੱਲੇਬਾਲੀ ਕਵਰ ਮੈਗਜ਼ੀਨ ਤੇ ਪਬਲਿਸ਼ ਹੋਣ ਤੱਕ ਜਿਹੜਾ ਸਟਰਗਲਿੰਗ ਨਵੀ ਸੀ ਉਹ ਹੁਣ ਰਿਲੀਵਡ ਫੀਲ ਕਰ ਰਿਹਾ ਨਹੀਂ ਮੈਂ ਉਦੋਂ ਵੀ ਬੜਾ ਖੁਸ਼ ਸੀਗਾ ਹੁਣ ਵੀ ਬੜਾ ਖੁਸ਼ ਹਾਂ अच्छा बिल्कुल टेंशन फ्री मतलब देखो ना ओ भी एक स्ट्रगल स्ट्रगल ता ए ता चलਦਾ ਹੀ ਰਹਿਣਾ ਨਾ ਹਾਰਡ ਵਰਕ ਦਾ ਲਾਈਫ ਦਾ ਇਹ ਚੀਜ਼ਾਂ ਤਾਂ ਇਦਾਂ ਹੀ ਫਲੋ ਆ ਇਹ ਤੰਦਾਂ ਨੇ ਜੁੜੀ ਜਾਂਦੀਆਂ ਨੇ ਔਰ ਕੰਮ ਚੱਲੀ ਜਾਂਦਾ ਉਹ ਉਹ ਵੀ आई थिंक ਉਹ ਟਾਈਮ ਤਾਂ ਬੜਾ ਵਧੀਆ ਹੁੰਦਾ ਸਕੂਲ ਲਾਈਫ ਤਾਂ ਹੁਣ ਤਾਂ ਫਿਰ ਇੰਨੇ ਚ ਮੇਲੇ ਨੇ ਉਦੋਂ ਮਾਂ ਪਿਓ ਦਾ ਪੈਸਾ ਖਰਚੋ ਨੇ ਯਾਰ ਇਹ ਲੋ ਇਹ ਹੀ ਜ਼ਿੰਦਗੀ ਹੁੰਦੀ ਹੈ ਨਾ ਮੁਕਾਮ ਆਉਂਦੇ ਰਹਿਣੇ ਚਾਹੀਦੇ ਬੇਜ਼ਿੰਦਗੀ ਦੇ ਬਿਲਕੁਲ ਬਿਲਕੁਲ ਤੇ ਤੁਸੀਂ ਇੱਕ ਗੀਤ ਲਿਖਿਆ ਕਾਲਜ ਲਈ ਰਾਸ਼ੀ ਸੂਤ ਦੇ ਲਈ ਹੈ ਨਾ ਤੇ ਇੱਕ ਸ਼ਖਸ ਯਾ ਇੱਕ ਇੰਡੀਵਿਜੂਅਲ ਦਾ ਨਾ ਇੱਕ ਜਿਹੜਾ ਸਟਾਰਟਿੰਗ ਕ੍ਰਸ਼ ਹੁੰਦਾ ਹੈ ਨਾ ਉਹਨਾਂ ਦਾ ਕਾਲਜ ਟੀਚਰ ਤੇ ਹੁੰਦਾ ਹੈ ਯਾ ਸਕੂਲ ਟੀਚਰ ਦੇ ਹੁੰਦਾ ਹੈ ਤੇ ਹੁਣ ਤੁਸੀਂ ਦੱਸੋ ਤੁਹਾਡੇ ਕੋਈ ਕਾਲਜ ਦੇ ਵਿੱਚ ਕ੍ਰਸ਼ ਸੀ ਟੀਚਰ ਤੇ ਨਹੀਂ ਪੱਕੀ ਗੱਲ ਹੈ ਨਹੀਂ ਐਵੇਂ ਹੁੰਦੇ ਪਹਿਲਾ ਕ੍ਰਸ਼ ਕਦੋਂ ਹੋਇਆ ਸੀ ਪਹਿਲਾਂ ਕ੍ਰਿਸ਼ ਮੇਰਾ ਜਦੋਂ ਡਿਪਲੋਮਾ ਕਰ ਰਿਆ ਸੀ ਮੈਂ ਅੱਛਾ ਹਾਂਜੀ ਬਹੁਤ ਲੇਟ ਹੈ ਨਾ ਹਾਂ ਬਹੁਤ ਲੇਟ ਕਹਿ ਸਕਦੇ ਹਾਂ ਪਹਿਲੇ ਪਤਾ ਹੀ ਨਹੀਂ ਗੇਮਾਂ ਗੁੰਮਾਂ 'ਚ ਇੰਨੇ ਉਲਝੇ ਪਏ ਸੀਗੇ ਉਸ ਟਾਈਮ ਵੀਡੀਓ ਗੇਮਸ ਹੁੰਦੀਆਂ ਸੀ ਜਾਰ ਹੋਰ ਇੰਨਾ ਕਦੇ ਉਧਰ ਤਮਾਕੇ ਆ ਗਏ ਹਾਂ ਅੱਜਕੱਲ੍ਹ ਬੱਚੇ ਬਹੁਤ ਛੇਤੀ ਵੱਡੇ ਹੋ ਰਹੇ ਨੇ ਹਾਂ ਉਹ ਅੱਜ ਅੱਜਕਲ ਆ ਗਈ ਨਾ ਨੈਨੋ ਟੈਕਨੋਲੋਜੀ ਤੇ ਤੁਸੀਂ ਜਿਹੜੇ ਕਾਲਜ ਪੜ੍ਹੇ ਹੋ ਤੇ ਉੱਥੇ ਤੁਸੀਂ ਪੜਾਇਆ ਵੀ ਹੈ ਹੈਨਾ ਉਹ ਐਕਸਪੀਰੀਅੰਸ ਕਿਵੇਂ ਦਰਿਆ ਤੁਹਾਡਾ ਤੁਸੀਂ ਦੇਖੋਗੇ ਮਾਹੌਲ ਕਿੰਨਾ ਤੁਹਾਡੇ ਲਈ ਸੁਖਾਵਾਂ ਹੋ ਜਾਂਦਾ ਨਾ ਕਿ ਤੁਸੀਂ ਇੱਕ ਜਗ੍ਹਾ ਤੇ ਪੜ੍ਹੇ ਹੋ ਉੱਥੇ ਪੜਦੇ ਪੜਦੇ ਪੜਾਉਣ ਲੱਗ ਜਾਂਦੇ ਹੋ ਤਾਂ ਉਹ ਐਵੇਂ ਹੀ ਲੱਗਦਾ ਕਿ ਆਲੇ ਵੀ ਪੜੀ ਜਾਂਦੀ ਹੈ ਬਿਲਕੁਲ ਤੇ ਤੁਹਾਡੀ ਵਾਈਫ ਦੇ ਨਾਲ ਲੜਾਈ ਹੁੰਦੀ ਹੋएगी ਹੈਨਾ ਤੇ ਕਦੀ ਅਦਾ ਹੋਇਆ ਕਿ ਉਹਨਾਂ ਨੂੰ ਮਨਾਉਣ ਲਈ ਤੁਸੀਂ ਗੀਤ ਲਿਖਿਆ ਹੋਵੇ ਹੋ ਸਕਦਾ ਜਿਹੜਾ ਗਾਣਾ ਤੁਸੀਂ ਪਹਿਲੇ ਸੁਣਾ ਰਹੇ ਸੀ ਉਹੀ ਲਿਖਿਆ ਹੋਈ ਅੱਛਾ ਮਤਲਬ ਇਨ ਐਕਚੁਅਲੀ ਸਾਡਾ ਜਿਹੜਾ ਰਿਸ਼ਤਾ ਨਾ ਉਹਨਾਂ ਨੂੰ ਇੰਨਾ ਗਾਣਿਆਂ ਦਾ ਜ਼ਿਆਦਾ ਉਹ ਹੈ ਨਹੀਂ ਕਿ ਹੁਣ ਵੀ ਹਰ ਕੋਈ ਮਤਲਬ ਮੇਰੀ ਫੈਮਲੀ ਚ ਅੱਜ ਵੀ ਮੇਰੇ ਫਾਦਰ ਸਾਹਿਬ ਦਾ ਫੋਨ ਆਇਆ ਤਾਂ ਕੋਈ ਸਾਡੀ ਡਿਸਕਸ਼ਨ ਚੱਲ ਰਹੀ ਸੀ ਔਰ ਉਹਨਾਂ ਨੂੰ ਕੋਈ ਇੰਨਾ ਹੈ ਨਹੀਂ ਕਿ ਮੇਰੀ ਪੀ ਰਿਲੀਜ਼ ਹੋਈ ਆ ਜਾਂ ਕੁਝ ਵੀ ਤਾਂ ਇਦਾਂ ਹੀ ਮੇਰੀ ਫੈਮਲੀ ਚ ਸਾਰੇ ਕੋਈ ਮਤਲਬ ਪਰਟੀਕੂਲਰਲੀ ਮੈਨੂੰ ਵਧੀਆ ਵੀ ਲੱਗਦਾ ਕਿ ਸਾਰੀ ਦੁਨੀਆ ਮੈਨੂੰ ਪੁੱਛਦੀ ਹੈ ਗਾਣਾ ਕਦੋਂ ਆਊਗਾ ਆ ਕਦੋਂ ਹੋਊਗਾ ਪਰ ਮੇਰੀ ਫੈਮਲੀ ਮੈਨੂੰ ਪੁੱਛਦੀ ਹੈ ਤੂੰ ਠੀਕ ਆ ਤਾਂ ਸਾਰੇ ਉਹ ਮੈਨੂੰ ਬੜਾ ਵਧੀਆ ਲੱਗਦਾ ਕਿ ਗਾਣਿਆਂ ਤੋਂ ਹਟ ਕੇ ਵੀ ਮੇਰੀ ਕੋਈ ਲਾਈਫ ਆ ਬਿਲਕੁਲ ਉਹ ਮੈਂ ਉਹ ਫੈਮਲੀ ਚ ਨਾ ਏਟਲੀਸਟ ਮੈਨੂੰ ਇਹ ਸਕੂਨ ਆ ਕਿ ਮੇ ਉਹ ਮੇਰੇ ਤੋਂ ਇਹ ਨਹੀਂ ਪੁੱਛਦੇ ਕਿ ਯਾਰ ਤੂੰ ਕੀ ਕਰਦਾ ਫਿਰਦਾ ਹਨਾ ਕਿ ਬੜਾ ਵਧੀਆ ਪਰਸਨਲ ਪ੍ਰਾਈਵੇਟ ਆ ਆਲੱਗ-ਲੱਗ ਦਾ ਸਾਰਾ ਕੁਝ ਸਾਰੀਆਂ ਚੀਜ਼ਾਂ ਕਿਉਂਕਿ ਅਸੀਂ ਤੁਹਾਡੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਦੇਖੀ ਸੀ ਇਸ਼ਕ ਸਟੋਰੀ ਤੇ ਰੀਲ ਬਣਾਈ ਸੀ ਤੁਸੀਂ ਤੇ ਰਿਵਾਈਵ ਮੈਨੂੰ ਕੰਪੋਜ਼ੀ ਦੇ ਨਾਲ ਤੇ ਹੈਸ਼ਟੈਗ ਲਿਖਿਆ ਸੀ ਮਾਈ ਸਪੋਰਟ ਸਿਸਟਮ ਹਾਂਜੀ ਤੇ ਹੁਣ ਕੰਨ ਖੋਲ ਲਓ ਸਾਰੇ ਜਣੇ ਆਪਾਂ ਲਵ ਸਟੋਰੀ ਸੁਣਾਵਾਂਗੇ ਤੇ ਤੁਸੀਂ ਕਿੱਥੇ ਮਿਲੇ ਸੀ ਆਪਣੇ ਵਾਈਫ ਨੂੰ ਅਸੀਂ ਨਾ ਇੱਕ ਉਦਮ ਮੈਨ ਜੀਓ ਇੱਥੇ ਆਪਣਾ ਚੱਲ ਰਿਹਾ ਉਹਦੇ ਉਦਮ ਸ਼ਹੀਦ ਉਦਮ ਸਿੰਘ ਸਾਡੇ ਇੰਨੇ ਵੱਡੇ ਸ਼ਹੀਦ ਹੋਏ ਨੇ ਸ਼ਹੀਦੇ ਆਜ਼ਮ ਉਹਨਾਂ ਲਈ ਇੱਕ ਇਵੈਂਟ ਕਰਾਉਂਦੇ ਹੁੰਦੇ ਸੀਗੇ ਆਪਾਂ ਵੀ ਉਸ ਸਾਲ ਉਸ ਤੋਂ ਇੱਕ ਇੱਕ ਸਾਲ ਪਹਿਲੇ ਅਸੀਂ ਦਿੱਲੀ 'ਚ ਕਰਾਇਆ ਸੀਗਾ ਔਰ ਨੈਕਸਟ ਈਅਰ ਇੱਥੇ ਕਰਵਾਇਆ ਸੀ ਔਰ ਆਪਾਂ ਉਹਦੇ ਡੋਨੇਸ਼ਨ ਕਹਿ ਲੋ ਜਾਂ ਅਸੀਂ ਇੱਥੇ ਪੀਜੀਆਈ 'ਚ ਨਾ ਬੱਚਿਆਂ ਲਈ ਜਿੰਨੇ ਵੀ 1.5-2 ਸਾਲ ਦੇ ਆਰਾਊਂਡ ਛੋਟੇ ਬੱਚੇ ਸੀਗੇ ਜਿਨ੍ਹਾਂ ਨੂੰ ਵਿਚਾਰੇ ਨੂੰ ਕੈਂਸਰ ਹੋ ਜਾਂਦਾ ਤਾਂ ਕਾਫੀ ਪੇਸ਼ੈਂਟ ਸੀਗੇ ਔਰ ਅਸੀਂ ਸੋਚ ਰਹੇ ਸੀਗੇ ਕੀ ਕਰੀਏ ਹਨਾ ਉਸ ਸਾਲ ਸਾਨੂੰ ਸਮਝ ਨਹੀਂ ਆ ਰਿਹਾ ਸੀਗੇ ਇਵੈਂਟ ਦਾ ਮੋਟਿਵ ਕੀ ਹੋਣਾ ਚਾਹੀਦਾ ਵੀ ਕਿਉਂ ਕਰਨਾ ਤਾਂ ਸਾਨੂੰ ਲੱਗਿਆ ਕਿ ਆਹ ਕਰਨਾ ਚਾਹੀਦਾ ਵੀ ਇੱਥੇ ਤਾਂ ਜਦੋਂ ਅਸੀਂ ਪਲਾਨ ਕੀਤਾ ਸਾਨੂੰ ਸੀਗਾ ਕਿ 5-7-10 ਬੱਚੇ ਹੋਣਗੇ ਬਟ ਅਸੀਂ ਜਦੋਂ ਉੱਥੇ ਗਏ ਤਾਂ ਸਾਨੂੰ ਲੱਗਾ ਕਿ ਯਾਰ ਇਹ ਤਾਂ ਕਿਉਂਕਿ ਇੰਨੇ ਇੰਨਾ ਦੁਨੀਆ ਚ ਇੰਨਾ ਦੁੱਖ ਉਸ ਦਿਨ ਮੈਨੂੰ ਫੀਲ ਹੋਇਆ ਕਿ ਛੋਟੇ ਛੋਟੇ ਬੱਚੇ ਆ ਕੈਂਸਰ ਪੀੜਿਤ ਨੇ ਕਿਸੇ ਦੇ ਕਿਡਨੀਜ਼ ਡੈਮੇਜ ਨੇ ਉਹ ਸਾਰਾ ਤਾਂ ਉਹ ਉਸ ਸਾਲ ਅਸੀਂ ਜਿਹੜਾ ਉਹ ਕੀਤਾ ਸੀਗਾ ਆਪਾਂ ਇਵੈਂਟ ਤਾਂ ਆਪਾਂ ਉੱਥੇ ਲਾਈਕ ਜਾਣ ਦੇ ਤਾਂ ਕਾਫੀ ਟਾਈਮ ਤੋਂ ਸੀਗੇ ਔਰ ਉਦੋਂ ਜ਼ਿਆਦਾ ਇਨਵੋਲਵ ਹੋਏ بس ਐਵੇਂ ਹੀ ਹੋ ਗਿਆ ਜੀ ਹੋਰ ਡਿਸਕ੍ਰਿਪਸ਼ਨ ਪਹਿਲੀ ਮੁਲਾਕਾਤ ਕਿਵੇਂ ਦੀ ਸੀ ਇਕ ਹੁੰਦਾ ਨਾ ਮਤਲਬ ਮੈਂ ਐਵੇਂ ਕਹਾਂਗੇ ਕੋਈ ਲਵ ਲੂ ਵਾਲਾ ਜਾਂ ਕੁਝ ਲੱਗਿਆ ਨਹੀਂ ਅਚਾਨਕ ਜੀ ਚੀਜ਼ਾਂ ਹੋਈਆਂ ਅੱਛਾ ਕਰਦੇ ਮੰਨ ਗਏ ਸੀ ਫਿਰ ਆਰਾਮ ਨਾਲ ਹਾਂ ਕੁਛ ਐਵੇਂ ਦਾ ਸੀਗਾ ਹੀ ਨਹੀਂ ਨਾ ਤੇ ਮੇਰੀ ਫੈਮਿਲੀ ਵਦਿਆ ਵੀ ਮੰਨ ਗਏ ਲੱਕੀ ਕੁਝ ਜ਼ਿਆਦਾ ਲਾਈਕ ਇਹ ਵੀ ਨਹੀਂ ਸੀਗਾ ਕਿ ਕੋਈ ਇੰਟਰ ਕਾਸਟ ਹੈ ਜਾਂ ਕੁਝ ਵੀ ਹੈ ਉਹ ਚੀਜ਼ਾਂ ਆਟੋਮੈਟਿਕਲੀ ਹੋਈ ਗਈਆਂ ਸਾਰੀਆਂ ਆਪ ਹੀ ਤੇ ਕੀ ਇੰਪੈਕਟ ਹੈ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਜੋ ਤੁਸੀਂ ਗੀਤ ਲਿਖਦੇ ਹੋ ਕਿਉਂਕਿ ਤੁਸੀਂ ਸਪੋਰਟ ਸਿਸਟਮ ਮੈਂ ਤਾਂ ਤੁਸੀਂ ਦੇਖੋ ਪਿਛਲੇ 3 ਸਾਲਾਂ ਤੋਂ ਰੋਮਾਂਟਿਕ ਗਾਣੇ ਲਿਖੀ ਜਾ ਰਹੇ ਤਾਂ ਆਪ ਸੋਚ ਲਓ ਕਿ ਕੀ ਇਮਪੈਕਟ ਹੋਏਗਾ ਬਿਲਕੁਲ ਮਤਲਬ ਉਹ ਸਾਰੇ ਡੈਡੀਕੇਟਿਡ ਉਹਨਾਂ ਨੂੰ ਹੈਨਾ ਆਬਵੀਅਸਲੀ ਤੇ ਨਵੀਂ ਤੁਹਾਡਾ ਕਾਗਜ਼ ਤੇ ਕਲਮ ਦੇ ਨਾਲ ਰਿਸ਼ਤਾ ਬਹੁਤ ਡੂੰਗਾ ਇਹ ਸਵਾਲ ਥੋੜਾ ਪਚਕਾਣਾ ਜ਼ਰੂਰ ਲੱਗੇਗਾ ਮੈਂ ਫਿਰ ਵੀ ਪੁੱਛੂੰਗੀ ਹੁਣ ਜਿਹੜਾ ਤੁਹਾਡਾ ਕਿਊਟ ਜਿਹਾ ਬੇਟਾ ਹੈ ਅਦਵਿਕ ਉਹ ਵੀ ਹੁਣ ਇੰਸਟਾ ਤੇ ਉਹਦਾ ਪੇਜ ਹੈ ਬਿਲਕੁਲ ਤੇ ਤੁਸੀਂ ਕਦੇ ਇਦਾਂ ਹੋਇਆ ਕਿ ਤੁਸੀਂ ਉਹਨੂੰ ਇੰਟੈਂਸ਼ਨਲੀ ਇਦਾਂ ਦੇ ਗਿਫਟਸ ਦਿੱਤੇ ਜਿਹਦੇ ਕਰਕੇ ਉਹ ਵੀ ਕਾਗਜ਼ ਤੇ ਕਲਮ ਦੇ ਨਾਲ ਜੁੜਿਆ ਰਹੇ ਉਹਦਾ ਇੰਟਰਸਟ ਇਹਦੇ ਵਾਲਾ ਹੈ ਨਹੀਂ ਮੈਂ ਨਾ ਕੋਈ ਉਹਦੇ ਤੇ ਕੁਝ ਥੋਪਣਾ ਨਹੀਂ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਜਿਹੜਾ ਉਹਦੇ ਨੈਚੁਰਲ ਇੰਟਰਸਟ ਨੇ ਨਾ ਉਹ ਹੀ ਉਹਨੂੰ ਕਰਨਾ ਚਾਹੀਦਾ ਔਰ ਆ ਲੈ ਬਹੁਤ ਛੋਟਾ ਐਵੇਂ ਆ ਉਹ ਉਹ ਆਲਰੇਡੀ ਉਹ ਪੇਂਟਿੰਗ ਅੱਛੀ ਕਰ ਰਿਹਾ ਪੂਰੇ ਘਰ ਜਿੱਥੇ ਦੇਖੋ ਪੂਰੀਆਂ ਲਾਈਨਾਂ ਮਾਰ ਕੇ ਉਹਨੇ ਸਾਰੀਆਂ ਕੰਦਾਂ ਤੇ ਜੋ ਜੋ ਵੀ ਜਿੱਥੇ ਵੀ ਉਹਦਾ ਕਲਾਕਾਰ ਤੇ ਹੈ ਹੀ ਉਹਨੇ ਕੁਝ ਨਾ ਕੁਝ ਮਤਲਬ ਕਰੀ ਜਾ ਰਹੇ ਔਰ ਉਹਦੇ ਮਾਸੀ ਨੇ ਉਹਨਾਂ ਨੂੰ ਉਹਨੂੰ ਕੀਬੋਰਡ ਪਲੱਸ ਮਾਈਕ ਵਗੈਰਾ ਇੱਕ ਸਿਸਟਮ ਹੈ ਉਹ ਗਿਫਟ ਕੀਤਾ ਉਹਦੇ ਤੇ ਉਹ ਸਾਰਾ ਦਿਨ ਮਾਈਕ ਚੈੱਕ ਮਾਈਕ ਚੈੱਕ ਕਰਦਾ ਬਿਲਕੁਲ ਤੇ ਕਿਉਂਕਿ ਨਾ ਮੈਂ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਸੀ ਕਿ ਤੁਸੀਂ ਜਦੋਂ ਪੜਾ ਰਹੇ ਸੀ ਉਹ ਲਾਈਨ ਛੱਡ ਕੇ ਜਦੋਂ ਤੁਸੀਂ ਇਹ ਕਰੀਅਰ ਚੂਜ਼ ਕੀਤਾ ਤੇ ਤੁਹਾਡੇ ਪੈਰੈਂਟਸ ਹੈਡ ਸੈਕਿੰਡ ਥਾਟਸ ਅਬਾਊਟ ਇਟ ਕਿ ਹੈ ਨਾ ਕਿਉਂ ਛੱਡਣਾ ਇਹ ਹਾਂ ਮਤਲਬ ਐਵੇਂ ਹੁੰਦਾ ਨਾ ਕਿ ਫੈਮਲੀ ਨੂੰ ਵੀ ਲੱਗਦਾਗੇ ਯਾਰ ਇੱਕ ਟਾਈਮ 'ਚ ਮੈਂ ਬੀਟ ਐ ਕੈਮ ਟੈਂਕ ਕਰਕੇ ਆਪਣਾ ਵੈਲ ਸੈਟਲਡ ਹੋ ਗਿਆ ਔਰ ਉਹਨਾਂ ਨੂੰ ਲੱਗਦਾਗੇ ਯਾਰ ਠੀਕ ਆ ਹੁਣ ਮੁੰਡੇ ਦਾ ਵਿਆਹ ਉਹ ਕਰਦੇ ਆ ਹਨਾ ਵੀ ਵਧੀਆ ਜਾ ਰਹੇ ਆਂ ਔਰ ਮੈਂ ਅਚਾਨਕ ਉਹਨਾਂ ਨੂੰ ਝਟਕਾ ਦਿਨਾਗੇ ਵੀ ਮੇਰੇ ਕੋਲ ਤਾਂ ਜੌਬ ਹੀ ਹੈ ਨਹੀਂ ਪਿਛਲੇ 2 ਮਹੀਨੇ ਤੋਂ ਹਨਾ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਤੂੰ ਕਰਨਾ ਹੀ ਆ ਹਨਾ ਕਿ ਮੇਰੀ ਫੈਮਲੀ 'ਚ ਜੇ ਇਵਨ ਮੈਂ ਕਹਨਾ ਸਾਡੇ ਫਿਰੋਜ਼ਪੁਰ ਡਿਸਟ੍ਰਿਕਟ 'ਚੋਂ ਕੋਈ 2-4 ਜਣੇ ਆ ਅਸੀਂ ਅੱਜ ਵੀ ਨਵਾਬ ਹੈ ਵਰਿੰਦਰ ਬਰਾੜਾ ਮੁੰਡਾ ਸਿੰਦਾ ਸ਼ੌਂਕੀਆ ਬਾਈ ਬਹੁਤ ਰੇਅਰ ਬੰਦੇ ਨੇ ਹੋਰ ਵੀ ਹੋਣਗੇ ਜੇ ਸੌਰੀ ਜੇ ਮੈਂ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਉਹ ਜਾ ਉਹ ਮੁੰਡਾ ਜੰਗ ਸੰਧੂ ਉਹ ਵੀ ਉਧਰ ਦਾ ਸਾਡੇ ਤਾਂ ਅਚਾਨਕ ਜੇ ਇਹ ਪਹਿਲੇ ਕਲਚਰ ਸੀ ਯਾਰੀ ਹੂੰ ਔਰ ਇੱਕ 9 to 5 ਜੌਬ ਕਰਨ ਵਾਲਾ ਬੰਦਾ ਅਚਾਨਕ ਵਿਹਲਾ ਹੋ ਜਾਂਦਾ ਤਾਂ ਘਰ ਦੇ ਨੂੰ ਤਾਂ ਜੀਪ ਲੱਗੂਗਾ ਨਾ ਔਰ ਉਹ ਕਹਿੰਦੇ ਕਿ ਅਸੀਂ ਤੇਰਾ ਵਿਆਹ ਕਰਨਾ ਕੁੜੀ ਵਾਲਿਆਂ ਨੂੰ ਕੀ ਕਹੀਏ ਕਿ ਮੁੰਡਾ ਸਾਡਾ ਗਾਣੇ ਲਿਖਦਾ ਪਰ ਜਦੋਂ ਗੀਤ ਸੁਣੇ ਉਹਨਾਂ ਨੇ ਬਾਅਦ ਚ ਫਿਰ ਕੀ ਰਿਐਕਸ਼ਨ ਗੀਤ ਸੁਣੇ ਤਾਂ ਉਹ ਮੈਨੂੰ ਐਕਚੁਅਲੀ ਮੈਨੂੰ ਕਹਿ ਰਹੇ ਸੀ ਕਿ ਤੂੰ ਤਾਂ ਗਵਰਨਮੈਂਟ ਜੌਬ ਕਰ ਹੈਨਾ ਕਾਫੀ ਟਾਈਮ ਤੋਂ ਮਮਾ ਤਾਂ ਇਵਨ ਮੈਂ 18 ਤਾਂ 17 18 ਚ ਵੀ ਮੈਨੂੰ ਕਹਿੰਦੇ ਟਰਾਈ ਕਰ ਲਾ ਜਦੋਂ ਮੈਂ ਪ੍ਰੋਪਰ ਹੁਣ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਨਾ ਕਿ ਲਾਈਫ ਸਿਕਿਉਰ ਰਹੇ ਬੱਚੇ ਦੀ ਔਰ ਠੀਕ ਹੈ ਕਿ ਔਰ ਮੈਨੂੰ ਮੈਂ ਉਹਨਾਂ ਨੂੰ ਇਹ ਚੀਜ਼ ਸਮਝਾ ਨਹੀਂ ਸਕਦਾ ਸੀ ਕਿ ਮੇਰਾ ਵਧੀਆ ਚੱਲ ਰਿਹਾ ਕਿ ਠੀਕ ਹੈ ਠੀਕ ਠਾਕ ਪੈਸੇ ਆ ਰਹੇ ਸਰਕਲ ਅੱਛਾ ਚੱਲ ਰਿਹਾ ਔਰ ਇਹ ਹੀ ਮੇਰੀ ਲਾਈਫ ਹੈ ਹੁਣ ਮੈਂ ਇੱਥੇ ਹੀ ਸਾਰਾ ਜੋ ਵੀ ਕਰਨਾ ਇੱਧਰ ਹੀ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਬੱਚੇ ਕਿਤੇ ਨਾ ਕਿਤੇ ਗਲਤ ਰਸਤੇ ਨਾ ਚੱਲ ਜਾਣ ਆਊਟਪੁੱਟ ਪਾਲਦੇ ਆ ਹਣਾ ਘਰਦਿਆਂ ਨੂੰ ਐ ਹੁੰਦਾ ਹੁਣ ਪੇਰੈਂਟਸ ਬਣ ਕੇ ਸਾਨੂੰ ਸਮਝ ਆਉਂਦੀ ਹੈ ਕਿ ਉਹ ਆਪਣੀ ਜਗ੍ਹਾ ਤੇ ਸਹੀ ਨਹੀਂ ਅਸੀਂ ਆਪਣੀ ਜਗ੍ਹਾ ਤੇ ਚਲੋ ਪਤਾ ਨਹੀਂ ਸਹੀ ਸੀ ਜਾਂ ਕਰੋ ਤੁਸੀਂ ਤੇ ਨਵੀ ਨੂੰ ਜਿੰਮ ਸ਼ਮ ਦਾ ਸ਼ੌਕ ਹੈਗਾ ਨਹੀਂ ਸ਼ੌਂਕ ਨਹੀਂ ਹੈ ਫਿਰ ਖਾਣ ਦਾ ਹੋਏਗਾ ਖਾਣ ਦਾ ਮੈਂ ਹਾਂ ਮੈਂ ਮੇਰਾ ਇੱਕ ਆਪਣਾ ਨਵਾਂ ਹੀ ਮੁੰਡਾ ਗੀਤ 뮤זיਕ ਡਾਇਰੈਕਟਰ ਤਾਂ ਉਹਨੂੰ ਆਏਗਾ ਤਾਂ ਕਦੇ ਪੁੱਛਿਓਗੇ ਮੈਂ ਸੈਂਡਵਿਚ ਕਿਵੇਂ ਦੇ ਬਣਾਉਣਾ ਅੱਛਾ ਤੁਸੀਂ ਕੋਕ ਵੀ ਕਰ ਹਾਂ ਮੈਂ ਮਜਬੂਰੀਆਂ ਕਰਨਾ ਪੈਂਦਾ ਸਾਰਾ ਕੁਝ ਪਰ ਵਧੀਆ ਬਣਾਉਂਦੇ ਹਾਂ ਹਾਂ ਮੈਂ ਕਿਉਂਕਿ ਇੰਨੇ ਸਾਲਾਂ ਤੋਂ ਬਾਹਰ ਰਹਿ ਰਹੇ ਹਾਂ ਤਾਂ ਮੈਨੂੰ ਸ਼ੌਂਗਾ ਕਿ ਆਪੇ ਚੀਜ਼ਾਂ ਬੰਦਾ ਸਿੱਖ ਜਾਂਦਾ ਜਦੋਂ ਬਾਹਰ ਰਹਿੰਦਾ ਇਵਨ ਸਾਡੀ ਜੁਆਇੰਂਟ ਫੈਮਿਲੀ ਸੀ ਘਰੇ ਦਾ ਅਸੀਂ ਕਦੇ ਮਤਲਬ ਆਪ ਤਾਂ ਕਦੇ ਕੁਛ ਕੀਤਾ ਹੀ ਨਹੀਂ ਸੀਗਾ ਪਰ ਬਾਹਰ ਆ ਕੇ ਤਾਂ ਫਿਰ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਮੈਨੂੰ ਬਹੁਤ ਸ਼ੌਕ ਹੈ ਖਾਣ ਦਾ ਜੀ ਜੇ ਮੇਰਾ ਮੂਡ ਆਫ ਹੋਵੇ ਮੈਨੂੰ ਇਹ ਪੁੱਛੇ ਨਾ ਪੁੱਛੇ ਕਿਵੇਂ ਆ ਠੀਕ ਐ ਪਰ ਇਹ ਕਹਦੇ ਕੀ ਖਾਏਂਗੀ ਦੱਸ ਤਾਂ ਮੈਂ ਤਾਂ ਨਿਜਮ ਜਾਂਦੀ ਪਰ ਖਾਣ ਨਹੀਂ ਨਹੀਂ ਹੁਣ ਮੈਂ ਕਾਫੀ ਟਾਈਮ ਤੋਂ ਥੋੜਾ ਜਿਹਾ ਖਾਣਾ ਪੀਣਾ ਠੀਕ ਠਾਕ ਹੀ ਤੋ ਆ ਅੱਛਾ ਫਿਟ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀਡੀਓਜ਼ ਆਨ ਆ ਫਿਟ ਤੇ ਚਾਹੀ ਨਾ ਵੀ ਉਹ ਥੋੜੀਆਂ ਜਿਹੀਆਂ ਆਦਤਾਂ ਸਹੀ ਕਰਨੀਆਂ ਪੈਣੀਆਂ ਕਿਉਂਕਿ ਕਰਨਾ ਹੀ ਪੈਣਾ ਹੁਣ ਸਿੰਗਰ ਬੰਨਾ ਤਾਂ ਕਰਨਾ ਪਊਗਾ ਨਾ ਸਾਰਾ ਕੁਝ ਠੀਕ ਹੈ ਤੇ ਤੁਸੀਂ ਨਵੀ ਜਦੋਂ ਇਕੱਲੇ ਹੁੰਨੇ ਹੋ ਹੈਨਾ ਜ਼ਿੰਦਗੀ ਤੋਂ ਬ੍ਰੇਕ ਚਾਹੁੰਦੇ ਹੋ ਹਾਂਜੀ ਤੇ ਕੀ ਕਰਦੇ ਹੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਚਲੇ ਜਾਈਏ ਕਿਉਂਕਿ ਉਹ ਉੱਥੇ ਜਾ ਕੇ ਨਾ ਜਿਵੇਂ ਆਪਾਂ ਮੈਂ ਪਹਿਲੇ ਵੀ ਗੱਲ ਕਰ ਰਿਹਾ ਸੀ ਕਿ ਲਾਈਫ ਨੂੰ ਰੀਸੈਟ ਨਹੀਂ ਕਰ ਦਿੰਦੇ ਕਿ 2-4 ਦਿਨ ਘਰੇ ਰਹਿਣੇ ਹਨ ਨਾ ਤਾਂ ਉਹ ਸਾਰੀਆਂ ਚੀਜ਼ਾਂ ਸਕੂਨ ਜਿਹਾ ਮਿਲਦਾ ਤੁਸੀਂ ਇੱਕ ਜਗ੍ਹਾ ਤੇ ਔਰ ਆਪਣੀ ਉਥੇ ਜਿੱਥੇ ਤੁਸੀਂ ਜੰਮੇ ਬਲੇ ਹੋ ਜਿਹੜੇ ਲੋਕਾਂ ਚ ਰਹੇ ਹੋ ਉਹਨਾਂ ਨੂੰ ਮਿਲਦੇ ਹੋ ਨਾ ਤਾਂ ਉਹਨਾਂ ਨੂੰ ਤੁਹਾਡੇ ਨਾਲ ਕੋਈ ਇੰਨੇ ਬਹੁਤੇ ਮਤਲਬ ਨਹੀਂ ਹੈਗੇ ਤੁਸੀਂ ਬਾਹਰਲੀ ਦੁਨੀਆ ਚ ਮੋਸਟਲੀ ਜਿੰਨੇ ਤੁਹਾਨੂੰ ਲੋਕ ਨੇ ਉਹ ਕੰਮ ਲਈ ਫੋਨ ਕਰਦੇ ਨੇ ਉਥੇ ਤੁਹਾਨੂੰ ਹਰ ਕੋਈ ਹੱਸ ਕੇ ਮਿਲਦਾ ਔਰ ਔਰ ਕਿਤਨਾ ਕਿਤੇ ਉਹ ਚੀਜ਼ਾਂ ਨਾਲ ਆਪਾਂ ਇੰਨੇ ਜੋ ਤੁਹਾਡੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਦੁਬਾਰਾ ਦੇਖਦੇ ਆ ਤਾਂ ਵਧੀਆ ਜੀ ਫੀਲਿੰਗ ਆਉਂਦੀ ਹੈ ਫਿਰ ਲੌਕਡਾਊਨ ਦੇ ਵਿੱਚ ਵੀ ਤੁਸੀਂ ਪਿੰਡ ਗਏ ਸੀ। ਲੌਕਡਾਊਨ ਚ ਮੈਂ ਦੋ ਤਿੰਨ ਮਹੀਨੇ ਵਧੀਆ ਉੱਥੇ ਇੰਜੋਏ ਕੀਤਾ ਪਰ ਫਿਰ ਹੌਲੀ ਹੌਲੀ ਜ਼ਿਆਦਾ ਹੋ ਰਿਹਾ ਸੀ ਫਿਰ ਵਾਪਸ ਆ ਗਏ। ਅੱਛਾ ਦੱਸੋ ਕੀ ਜ਼ਿਆਦਾ ਹੋ ਰਿਹਾ ਸੀ? ਕੋਵਿਡ ਟਾਈਮਸ ਤੁਹਾਡੇ ਲਈ ਕੀ ਸੀ? ਜ਼ਿਆਦਾ ਲਹਿਕ ਕੇ ਹੁਣ ਆਪਾਂ ਇੱਕ ਘਰ ਚ ਸਾਰਾ ਦਿਨ ਇੱਕ ਦੂਜੇ ਨੂੰ ਦੇਖੀ ਜਾ ਰਹੇ ਆਂ ਸਾਡੀ ਮੈਂ ਪਹਿਲੇ ਵੀ ਦੱਸਿਆ ਜੁਆਇੰਟ ਫੈਮਲੀ ਹੈ ਤਾਂ ਹੁਣ ਇੱਕ ਟਾਈਮ ਚ ਨਾ ਉਹ ਥੋੜੇ ਜਿ ਲੜਾਈ ਝਗੜੇ ਵੀ ਹੋਣੇ ਸ਼ੁਰੂ ਹੋ ਜਾਂਦੇ ਆਂ ਔਰ ਮੈਂ ਉਸ ਟਾਈਮ ਤਾਂ ਚਲੋ ਆਪਣਾ ਤਾਂ ਸਹੀ ਰਿਹਾ। ਸਾਰਾ ਕੁਝ ਵਧੀਆ ਸੀਗਾ ਪਰ ਮੈਂ ਸੁਣਿਆ ਲੋਕਾਂ ਦੇ ਡਿਵੋਰਸ ਵੀ ਹੋਏ ਆ ਬਿਲਕੁਲ ਬਿਲਕੁਲ ਬਹੁਤ ਸਾਰੇ ਪਰ ਫਿਰ ਵੀ ਜੇ ਇਨ ਸ਼ੋਰਟ ਤੁਸੀਂ ਡਿਸਕ੍ਰਾਈਬ ਕਰੋਗੇ ਪਰਸਨਲ ਡਿਵੈਲਪਮੈਂਟ ਕਿਵੇਂ ਮੈਂ ਉਹੀ ਕਹਿਣਾ ਚਾਹੂੰਗਾ ਕਿ ਕੋਵਿਡ ਨੇ ਸਾਡਾ ਬਹੁਤ ਨੁਕਸਾਨ ਕੀਤਾ ਜੀ ਜੇ ਅਸੀਂ ਦੇਖੀਏ ਕਿੰਨੇ ਲੋਕ ਵਿਚਾਰੇ ਬੇਕਾਰ ਹੋ ਗਏ ਜੌਬਸ ਚਲੀਆਂ ਗਈਆਂ ਸਾਰੇ ਪਰ ਕਿਤਨੇ ਕਿਤੇ ਅਸੀਂ ਆਪਣੀ ਡਿਵੈਲਪਮੈਂਟ ਅਸੀਂ ਦੇਖਿਆ ਕਿ ਅਸੀਂ ਲੈਕ ਕਿੱਥੇ ਕਰਦੇ ਪਏ ਔਰ ਮੈਂ ਹੋਰ ਕੀ ਕਰ ਸਕਦਾ ਹਨ ਤਾਂ ਮੈਨੂੰ ਲੱਗਿਆ ਕਿ ਜੋ ਪ੍ਰਾਇਮਰੀ ਜਿਹੜਾ ਮੇਰਾ ਕੰਮ ਹੈਗਾ ਰਾਈਟਿੰਗ ਵਾਲਾ ਉਹ ਤਾਂ ਮੈਂ ਕਰਨਾ ਹੀ ਕਰਨਾ ਤਾਂ ਕਿਉਂ ਨਾ ਨਾਲ ਜੋ ਆਪਾਂ ਮੈਂ ਪਹਿਲੇ ਵੀ ਕੱਲਾ ਜਦੋਂ ਘਰੇ ਵੀ ਮੈਂ ਕੰਪਿਊਟਰ ਤੇ ਥੋੜਾ ਬਹੁਤ ਕਰਦਾ ਰਹਿੰਦਾ ਸੀਗਾ ਕੁਛ ਨਾ ਹੁਣ ਮੈਂ ਨਾਲ-ਨਾਲ ਆਪਣੇ ਗਾਣੇ ਬੇਸਿਕ ਟਿਊਨਸ ਮੈਂ ਆਪ ਕ੍ਰੀਏਟ ਕਰਦਾ ਔਰ ਫਿਰ ਕਿਸੇ ਨਾ ਕਿਸੇ 뮤직 ਡਾਇਰੈਕਟਰ ਕੋਲ ਜਾ ਕੇ 80 ਦਿਮੇ ਲਾਕਡਾਊਨ ਚ ਸਿੱਖੀ ਹੈ ਉਹ ਮਜਬੂਰੀ ਵੀ ਸੀ ਕਿ ਆਪਾਂ ਕਿਸੇ ਕੋਲ ਜਾਣ ਨਹੀਂ ਸਕਦੇ ਸੀ ਤਾਂ ਉਹ ਵੀ ਗੱਲ ਹੈ ਨਾ ਕਿ ਕੀ ਕਹਿੰਦੇ ਹੁੰਦੇ ਆ ਕਿ ਲੋਡ ਕਾਰਡ ਦੀ ਮਾਂ ਹੁੰਦੀ ਆ ਹੂੰ ਹੂੰ ਬਸ ਫਿਰ ਉਹ ਸੀ ਬਿਲਕੁਲ ਚਲੋ ਬਹੁਤ ਸੀਰੀਅਸ ਗੱਲਾਂ ਹੋ ਗਈਆਂ ਹੁਣ ਪੁੱਛਦੇ ਆ ਨਹੀਂ ਮੈਂ ਤਾਂ ਸੀਰੀਅਸ ਤਾਂ ਨਹੀਂ ਡੂੰਗੀਆਂ ਗੱਲਾਂ ਹੋ ਗਈਆਂ ਡੂੰਗੀਆਂ ਕਹਿ ਲਓ ਗੱਲਾਂ ਹੀ ਨਾਰਮਲ ਗੱਲਾਂ ਹੀ ਪਤਾ ਨਹੀਂ ਅੱਗੇ ਮੇਰੇ ਫਰੈਂਡ ਵੀ ਕਹਿੰਦੇ ਆ ਰਜਿੰਦਰ ਉਰੀ ਵੀ ਆਪਾਂ ਕੋਈ ਵੀ ਗੱਲ ਕਰਦੇ ਹੋ ਐਵੇਂ ਲੱਗਦਾ ਕਿ ਡੂੰਗੀ ਹੋ ਗਈ ਪਰ ਨੋਰਮਲ ਗੱਲ ਕਰਦੇ ਯੂ نو ਯਸ ਅੱਛਾ ਚਲੋ ਪੰਜਾਬੀ میوزਿਕ ਇੰਡਸਟਰੀ ਦੀ ਗੱਲ ਕਰਦੇ ਆ ਕੋਈ ਤੁਹਾਡਾ ਫੇਵਰਿਟ ਆਰਟਿਸਟ ਹੈ ਸਿੰਗਰ ਜ ਸਿੰਗਰ ਸਿੰਗਰ ਹਾਂ ਮਰਿੰਦਰ ਭਾਜੀ ਮਨਮੋਨ ਵਾਰਿਸ ਭਾਜੀ ਕਾਫੀ ਲੰਬੀ ਲਾਈਨ ਹੈ ਸਾਰੇ ਦਿਲਜੀਤ ਬਾਜੀ ਗਿੱਪੀ ਬਾਜੀ ਸਾਰੇ ਫੇਵਰੇਟ ਹੀ ਨੇ ਪਰ ਮੈਨੂੰ ਪਤਾ ਸੀ ਕਿ ਅਮਰਿੰਦਰ ਗਿੱਲ ਜੀ ਤੁਹਾਡੇ ਫੇਵਰੇਟ ਹੈ ਕਿਉਂਕਿ ਤੁਸੀਂ ਇੰਟਰਵਿਊ ਦੇ ਵਿੱਚ ਇੱਕ ਵਾਰ ਜਦੋਂ 5 5 ਸਾਲ ਪਹਿਲਾਂ ਕਨਫੈਸ ਕੀਤਾ ਸੀ ਜਾਂ ਮੈਨੀਫੈਸਟ ਕੀਤਾ ਸੀ ਕਿ ਮੈਂ ਅਮਰਿੰਦਰ ਗਿੱਲ ਦੇ ਲਈ ਲਿਖਣਾ ਚਾਹੁੰਦਾ ਹਾਂ ਤੇ ਹੁਣ ਗੁੱਸਾ ਗਾਣਾ ਆ ਗਿਆ ਤੇ ਉਹ ਪ੍ਰੋਸੈਸ ਕਿਦਾਂ ਦਾ ਸੀਗਾ ਉਹ ਐਕਚੁਅਲੀ ਜੂਸ ਭਾਜੀ ਨਾਲ ਮੈਂ ਪਹਿਲਾਂ ਵੀ ਕਾਫੀ ਅਸੀਂ ਗਾਣੇ ਕਰਦੇ ਰਹਨੇ ਹਾਂ ਰੁਟੀਨ ਜੀ ਚਲਦੀਆਂ ਰਹਿੰਦੀਆਂ ਕੁਛ ਨਾ ਕੁਛ ਚੀਜ਼ਾਂ ਈਵਨ ਅਸੀਂ ਗਾਣੇ ਇੰਨੇ ਜ਼ਿਆਦਾ ਬਣਾਏ ਆ ਰਿਲੀਜ਼ ਥੋੜੇ ਹੋਏ ਆ ਔਰ ਮੇਰੀ ਉਹਨਾਂ ਨਾਲ ਟਿਊਨਿੰਗ ਬਹੁਤ ਜ਼ਬਰਦਸਤ ਆ ਬੜੇ ਮਤਲਬ ਬਹੁਤ ਹੀ ਠਹਿਰਾਵ ਵਾਲੇ ਬੰਦੇ ਆ ਕਦੇ ਵੀ ਕੋਈ ਉਹ ਨਹੀਂ ਆ ਉਹਨਾਂ 'ਚ ਜਿਵੇਂ ਲਾਈਕ ਇੰਡਸਟਰੀ 'ਚ ਨਾ ਭੱਜ ਦੌੜ ਬਹੁਤ ਜ਼ਿਆਦਾ ਉੱਥੇ ਉਹ ਪਰਵਾਹ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ ਤੇ ਕੰਮ ਰਹਿੰਦੇ ਪੂਰਾ ਤਾਂ ਉਹ ਮੈਨੂੰ ਕਹਿ ਰਹੇ ਸੀ ਯਾਰ ਆਪਾਂ ਨਾ ਅਮਰਿੰਦਰ ਦੀ ਐਲਬਮ ਕਰ ਰਹੇ ਹਾਂ ਤਾਂ ਮੈਂ ਕਿਹਾ ਯਾਰ ਭਾਜੀ ਠੀਕ ਹੈ ਵੀ ਮੈਂ ਤਿਆਰ ਤਾਂ ਫਿਰ ਅਸੀਂ ਕਾਫੀ سارے ਗਾਣਿਆਂ ਤੇ ਵਰਕ ਕੀਤਾ ਤਾਂ ਇਹ ਰਿਲੇਟੇਬਲ ਸੀ ਇਹ ਗਾਣਾ ਬਾਕੀ ਐਲਬਮ ਚ ਜੋ ਗਾਣੇ ਆਲਰੇਡੀ ਕਰੀ ਸੋਚੀ ਬੈਠੇ ਸੀਗੇ ਅਸੀਂ ਜਾਂ ਉਹਦੇ ਚ ਸਾਰਾ ਡਨ ਸੀਗਾ ਔਰ ਇੱਕ ਗਾਣਾ ਕਾਫੀ ਟਾਈਮ ਤੋਂ ਜੋ ਸੋਚਦੇ ਪਏ ਸੀ ਔਰ ਇਹ ਉੱਥੇ ਆ ਗਿਆ ਫਿੱਟ ਹੂੰ ਕਾਫੀ ਰਿਲੇਟੇਬਲ ਸਾਰੇ ਗਾਰੇ ਆ ਸਾਰੇ ਰੀਲਸ ਬਣਾ ਰਿਹਾ ਹੈ ਇਹਦੇ ਤੇ ਬਿਲਕੁਲ ਤੇ ਕੋਈ ক্লোਜ਼ ਫਰੈਂਡ ਹੈ ਇਸ ਇੰਡਸਟਰੀ ਦੇ ਵਿੱਚ ক্লোਜ਼ ਫਰੈਂਡ ਜਿਹਦੇ ਨਾਲ ਨਵੀਂ ਗੱਲ ਕਰ ਸਕਦਾ ਹੈ ਬਿਨਾ ਸੋਚੇ ਨਹੀਂ ਕਾਫੀ ਸਾਰੇ ਨਹੀਂ ਇੱਕ ਦੋ ਨਹੀਂ بڑے ਜਣੇ ਨੇ ਕੋਈ ਐਵੇਂ ਇੱਕ ਦਾ ਨਾਮ ਲਵਾਂਗੇ ਬਾਕੀ ਕਹਿਣਗੇ ਅਸੀਂ ਕਿੱਥੇ ਠੀਕ ਹੈ ਤੇ ਹੁਣ ਨਵੀ ਨੇ ਜੈਜ਼ੀ ਬਈ ਲਈ ਲਿਖ ਲਿਆ ਬਾਦਸ਼ਾਹ ਲਈ ਲਿਖ ਲਿਆ ਅਮਰਿੰਦਰ ਗਿੱਲ ਲਈ ਲਿਖ ਲਿਆ ਅਖਿਲ ਲਈ ਲਿਖ ਲਿਆ ਨਿੰਜਾ ਲਈ ਲਿਖ ਲਿਆ ਰਾਸ਼ੀ ਦੇ ਲਈ ਲਿਖ ਲਿਆ ਹੁਣ ਲਿਸਟ ਦੇ ਵਿੱਚ ਕੌਣ ਹੈ ਜਿਹਦੇ ਲਈ ਤੁਸੀਂ ਲਿਖਣਾ ਨਹੀਂ ਨਹੀਂ ਮੈਂ ਐਵੇਂ ਕੋਈ ਕਦੇ ਸੱਚੀ ਦੱਸਾਂ ਕਿ ਇੰਨੇ ਸਾਲ ਹੋ ਗਏ ਮੈਂ ਕਦੇ ਕਿਸੇ ਕੋਲੇ ਗਿਆ ਨਹੀਂ ਕਿ ਭਾਈ ਮੇਰਾ ਗਾਣਾ ਗਾ ਦੇ ਚੀਜ਼ਾਂ ਆਪੇ ਹੁਣ ਜੈਜੀਪਾ ਜੀ ਨਾਲ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਉਹਨਾਂ ਨਾਲ ਗਾੜਾ ਕਰੂੰਗਾ ਜਾਂ ਮਰਿੰਦਰ ਭਾਜੀ ਨਾਲ ਕਰੂੰਗਾ ਜਾਂ ਗਿੱਪੀ ਭਾਜੀ ਨਾਲ ਕਰੂੰਗਾ ਇਹ ਚੀਜ਼ਾਂ ਨਾ ਆਪੇ ਕੜੀਆਂ ਜੁੜਦੀਆਂ ਜਾਂਦੀਆਂ ਕਿਤੇ ਨਾ ਕਿਤੇ ਔਰ ਆਪੇ ਹੀ ਹੋ ਹੀ ਗਿਆ ਹੋਰ ਮੈਂ ਕੋਈ ਐਵੇਂ ਪਲਾਨ ਨਹੀਂ ਕੀਤਾ ਉਹ ਗਾਣੇ ਤਾਂ ਸਾਰਿਆਂ ਨਾਲ ਹੀ ਗਰੀ ਬੈਠੇ ਆ ਪਰ ਰਿਲੀਜ਼ ਪਤਾ ਨਹੀਂ ਕਦੋਂ ਹੋਣੀ ਆ ਸੋ ਕੋਈ ਐਵੇਂ ਕੋਈ ਕੁਝ ਪਲਾਨਡ ਨਹੀਂ ਹੈ ਔਰ ਮੈਂ ਕਾਫੀ ਟਾਈਮ ਤੋਂ ਪਲਾਨ ਕਰਨਾ ਛੱਡਿਆ ਹੋਇਆ ਕਿ ਜੋ ਆਏ ਸੋਸ ਮਾਈ ਕਰੋ ਕੰਮ ਕਰੀ ਜੋ ਇਹ ਨਾ ਦੇਖੋ ਕਿ ਰਿਜ਼ਲਟ ਕੀ ਆਏਗਾ ਪਰ ਅਮਰਿੰਦਰ ਗਿੱਲ ਲਈ ਤਾਂ ਤੁਸੀਂ ਕਿਹਾ ਸੀ ਕਿ ਹਾਂ ਅਮਰਿੰਦਰ ਪਾ ਜੀ ਮਨਮੋਹਣ ਵਾਰਿਸ ਪਾ ਜੀ ਮੈਂ ਉਹਨਾਂ ਮੈਂ ਸ਼ੁਰੂ ਚ ਮੈਨੂੰ ਸ਼ੌਂਕ ਸੀਗਾ ਜਦੋਂ ਪੰਜਾਬੀ ਵਿਰਸਾ ਸੈਸ਼ਨਸ ਚੱਲਦੇ ਹੁੰਦੇ ਸੀ ਹਰ ਸਾਲ ਪੰਜਾਬੀ ਵਿਰਸਾ ਆਉਂਦਾ ਸੀ ਤਾਂ ਮੈਨੂੰ ਇਹ ਸੀਗਾ ਕਿ ਮੇਰਾ ਵੀ ਯਾਰ ਕੋਈ ਸ਼ੇਅਰ ਹੀ ਬੋਲ ਦੇਣ ਵਿੱਚ ਹਨਾ ਮਨਵਰ ਵਾਰਿਸ ਭਾਜੀ ਜਾਂ ਕਮਲਨੀਰ ਭਾਜੀ ਤਾਂ ਉਹ ਫਿਰ ਨਹੀਂ ਸਬਬ ਨਹੀਂ ਬਣਿਆ ਔਰ ਅਮਰਿੰਦਰ ਭਾਜੀ ਵਾਲਾ ਤਾਂ ਚਲੋ ਵਧੀਆ ਹੋ ਗਿਆ ਕਿ ਉਹ ਇੱਕ ਸੁਪਨਾ ਸੀ ਪੂਰਾ ਹੋਇਆ ਇਨਸ਼ਾਅੱਲਾ ਹੋਰ ਵੀ ਹੋਰ ਵੀ ਹਾਂ ਨਹੀਂ ਕਾਫੀ ਆਪਾਂ ਕਾਫੀ ਕੁਝ ਕਰਦੇ ਪਏ ਆ ਬਟ ਹੁਣ ਨਾ ਥੋੜੀ ਜੀ ਇੰਡਸਟਰੀ ਪਹਿਲੇ ਐਵੇਂ ਹੁੰਦਾ ਸੀਗਾ ਕਿ ਆ ਕਰਤਾ ਔਰ ਆ ਜੂਗਾ ਹੁਣ ਉਹ ਨਹੀਂ ਹੈ ਕਿਉਂਕਿ ਹਰ 6 ਮਹੀਨੇ ਚ ਨਾ ਚੇਂਜ ਆ ਰਿਹਾ ਕੁਛ ਨਾ ਕੁਛ ਨਵਾਂ ਔਰ ਥੋੜਾ ਜਿਹਾ ਕਿ ਕੰਪੀਟੀਸ਼ਨ ਬੜਾ ਜ਼ਿਆਦਾ ਹੋ ਗਿਆ ਗਾਣੇ ਵੀ ਇੰਨੇ ਸਾਰੇ ਆ ਹਾਂ ਲੋਕ ਡਾਊਨ ਚ ਗਾਣੇ ਬਣਾਏ ਬੜੇ ਹਨ ਸਾਰੇ ਆ ਨਹੀਂ ਬਣਾ ਲਏ ਮੈਂ ਆਪ ਤਾਂ ਹੀ ਗਾਣ ਲੱਗਾ ਕਿ ਮੈਨੂੰ ਲੱਗਿਆ ਕਿ ਯਾਰ ਮੈਂ ਇੰਨੇ ਗਾਣੇ ਬਣਾ ਲੇ ਸਾਰੇ ਤਾਂ ਸਿੰਗਰ ਗਾ ਹੀ ਨਹੀਂ ਸਕਦੇ ਤੇ ਇੱਕ ਕ੍ਰੀਏਟਿਵ ਕੰਮ ਹੁੰਦਾ ਨਾ ਉਹ ਡੈਡਲਾਈਨ ਬਾਉਂਡਡਡ ਜਾਂ ਚਾਰ ਦਿਵਾਰੀ ਕਹਿ ਲੋ ਹੈ ਨਾ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਜਿੰਨਾ ਕਿ ਮੈਨੂੰ ਲੱਗਦਾ ਹੈ ਨਾ ਤੇ ਕਦੇ ਐਦਾਂ ਹੋਇਆ ਕਿ ਤੁਹਾਡੇ ਸਿਰ ਤੇ ਬੰਦੂਕ ਹੋਵੇ ਕਿ ਇੱਕ ਗਾਣਾ ਲਿਖਣਾ ਹੈ ਚਾਹੀਦਾ ਹੈ ਫਿਲਮ ਲਈ ਤੇ ਤੁਹਾਡੇ ਤੋਂ ਲਿਖਿਆ ਨਹੀਂ ਜਾ ਰਿਹਾ ਰੀਸੈਂਟ ਅੱਜ ਦੀ ਗੱਲ ਮੇਰਾ ਚਾਹੀ ਮੈਸੇਜ ਚੈੱਕ ਕਰ ਲੋ 골ਡ ਬੋਏ ਮੈਨੂੰ ਕੱਲ ਵੀ ਫੋਨ ਕਰ ਰਿਆ ਸੀ ਔਰ ਉਹਦੇ ਤੇ ਅਸੀਂ ਇੱਕ ਮਹੀਨਾ ਹੋ ਗਿਆ ਕਿਉਂ ਮੈਨੂੰ ਵਿੱਚ ਲੱਗਿਆ ਕਿ ਉਹਦੇ ਫੋਨ ਆਣੇ ਬੰਦ ਹੋ ਗਏ ਕਿ ਉਹਦਾ ਹੋ ਗਿਆ ਹੋਏਗਾ ਮੈਟਰ ਸੌਲਟ ਆਊਟ ਹੁਣ ਕੱਲ ਫਿਰ ਫੋਨ ਆਉਣ ਲੱਗ ਗਿਆ ਕਿ ਯਾਰ ਉਹ ਗਾਣਾ ਤੁਸੀਂ ਭੇਜਿਆ ਨਹੀਂ ਤਾਂ ਹੁਣ ਅੱਜ ਮੈਂ ਸ਼ਾਮ ਨੂੰ ਫ੍ਰੀ ਹੋ ਕੇ ਉਹਦੇ ਤੇ ਕੰਮ ਕਰੂੰਗਾ ਦੇਖੋ ਕੀ ਬਣਦਾ ਕਿ ਬੜੇ ਟਾਈਮ ਬਾਅਦ ਜਾ ਕੇ ਕੋਈ ਚੀਜ਼ ਨਹੀਂ ਹੋ ਰਹੀ ਸਾਡੇ ਨੂੰ ਹੋ ਜਾਂਦੀਆਂ ਚੀਜ਼ਾਂ ਈਵਨ ਹਵਾ ਦੇ ਵਰਕੇ ਜਦੋਂ ਬਣਿਆ ਸੀ ਉਸ ਤੋਂ ਪਹਿਲੇ ਉਹ 2-3 ਮਹੀਨੇ ਤੋਂ ਐਫਰਟ ਕਰ ਰਹੇ ਸੀ ਪਰ ਨਹੀਂ ਚੀਜ਼ ਬਣ ਰਹੀ ਸੀ ਔਰ ਅਚਾਨਕ ਹੀ 10 ਮਿੰਟ ਚ ਸਾਰਾ ਕੁਝ ਹੋ ਗਿਆ ਪਤਾ ਨਹੀਂ ਹੈ ਨਾ ਕਿਹੜੀਆਂ ਉਹੀ ਗੱਲ ਹੈ ਨਾ ਕਿ ਅਸੀਂ ਪਲਾਨ ਕਰਕੇ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਹੁੰਦੀਆਂ ਜਦੋਂ ਅਨਪਲਾਨਡ ਕੁਝ ਹੋ ਜਾਂਦਾ ਨਾ ਉਹ ਚਮਤਕਾਰ ਹੁੰਦਾ ਹਾਂ ਬਿਲਕੁਲ ਤੇ ਜਦੋਂ ਮੈਂ ਤੁਹਾਡੇ ਗਾਣੇ ਸੁਨੇ ਸੀ ਸਟਾਰਟਿੰਗ ਵਾਲੇ ਵੱਖਰਾ ਸਵਾਗ ਮਿੱਤਰਾ ਦੇ ਬਹੁਤ ਤੇ ਖੁੰਦਾ ਨਾ ਮੈਂ ਇੱਕ ਈਮੇਜ ਬਣਾ ਲਈ ਸੀ ਕਿ ਨਵੀਨਾ ਇੱਕ ਬੜੇ ਆਟੀਟਿਊਡ ਵਾਲਾ ਹੈ ਨਾ ਬੜੇ ਸਵਾਗਰ ਬੰਦਾ ਹੋਏਗਾ ਪਰ ਹੁਣ ਦੇਖੋ ਬਿਲਕੁਲ ਤੁਸੀਂ ਸ਼ਾਇ ਪਸਨੈਲਿਟੀ ਸਾਊਜੇ ਬੰਦੇ ਹੋ ਤੇ ਅਸਲ ਜ਼ਿੰਦਗੀ ਦੇ ਵਿੱਚ ਨਵੀਕੇ ਮੈਨੂੰ ਸੇਮ ਹੀ ਐਂਡ ਮੈਂ ਮਤਲਬ ਸ਼ਾਇਦ ਕਦੇ ਕੈਮਰੇ ਦਾ ਜਾਂ ਰੀਅਲ ਲਾਈਫ ਦਾ ਮੈਨੂੰ ਕਦੇ ਫਰਕ ਮਹਿਸੂਸ ਹੀ ਨਹੀਂ ਹੋਇਆ ਕਿਤੇ ਹੁਣ ਮੈਂ ਕਿਤੇ ਵੀ ਜਾਣਾ ਤਾਂ ਮੈਨੂੰ ਲੱਗਦਾ ਹੀ ਨਹੀਂ ਐ ਜੇ ਕਰਨਾ ਹੀ ਨਹੀਂ ਆਉਂਦਾ ਹਨਾ ਫੇਕ ਜਿਹਾ ਕੁਝ ਕੀ ਕਰੀਏ ਕਿਵੇਂ ਕਰੀਏ ਜੇ ਤੁਹਾਨੂੰ ਕੋਈ ਆਈਡੀਆ ਤਾਂ ਦੱਸੋ ਕੀ ਕਰਨਾ ਚਾਹੀਦਾ ਨਹੀਂ ਮੈਂ ਬਸ ਮਤਲਬ ਇਹ ਖੁੰਦਾ ਨਾ ਬੰਦੇ ਨੂੰ ਆਪਣਾ ਪਤਾ ਹੁੰਦਾ ਹੈ ਕਿ ਮੈਂ ਕਈਆਂ ਨੂੰ ਹੁੰਦਾ ਹੈ ਕਿ ਫੁਕਰੇ ਹੁੰਦੇ ਐ ਕੁਝ ਆਪਣੇ ਆਪ ਨੂੰ ਕਹਿੰਦੇ ਇੰਟਰੋਵਰਟਡ ਐ ਫੁਕਰੇ ਨਹੀਂ ਫੁਕਰੇ ਵਰਡ ਨਹੀਂ ਐ ਐਕਚੁਅਲੀ ਕੀ ਹੁੰਦਾ ਕਿ ਉਹ ਸਟੇਟਸ ਮੇਨਟੇਨ ਕਰਨਾ ਪੈਂਦਾ ਕਿਤੇ ਨਾ ਕਿਤੇ ਲੋਕਾਂ ਨੂੰ ਨਾ ਉਹ ਚੀਜ਼ਾਂ ਕਰਕੇ ਦਿਖਾਣੀਆਂ ਪੈਂਦੀਆਂ ਮੈਂ ਕਹਾਂਗਾ ਕਿ ਯਾਰ ਸੁਪਰਸਟਾਰ ਬੰਦੇ ਨੂੰ ਜਿਹੜਾ ਸੁਪਰਸਟਾਰ ਹੈ ਨਾ ਉਹ ਕਰਨਾ ਹੀ ਪੈਂਦਾ ਤਾਂ ਹੀ ਜਾ ਕੇ ਉਹ ਥੋੜਾ ਡਿਫਰੈਂਟ ਲੱਗੇ ਅਸੀਂ ਤਾਂ ਆਮ ਲੋਗ ਆ ਨਾ ਅਸੀਂ ਕਿਉਂ ਕਰਾਂਗੇ ਕੋਈ ਸ਼ੋਮੇ ਦਾ ਤੇ ਇਮੋਸ਼ਨਲ ਕਿੰਨਾ ਕਹ ਹੈ ਨਵੀ ਔਨ ਅ ਸਕੇਲ ਆਫ 0 ਟੂ 10 0 ਟੂ 10 ਤੇ 10 ਹੀ 10 ਮੈਂ ਕਦੇ-ਕਦੇ ਦੇਖੋ ਤੁਸੀਂ ਕਿ ਵੈਸੇ ਆਪ ਡਾਊਨ ਤੇ ਲਾਈਫ ਤੇ ਚਲਦੇ ਹੀ ਰਹਿੰਦੇ ਨੇ ਕਦੇ ਕਦੇ ਇੰਨਾ ਇੱਕ ਲੋ ਫੀਲ ਕਰਨ ਲੱਗ ਜਾਂਦਾ ਮੈਨੂੰ ਵਜ੍ਹਾ ਹੀ ਨਹੀਂ ਪਤਾ ਹੁੰਦੀ ਕਿ ਕੀ ਹੈ ਜੋ ਤੁਸੀਂ ਐ ਲਾ ਲਓ ਕਿ ਗਾਣਾ ਵੀ ਕਈ ਵਾਰ ਸੁਣ ਕੇ ਮੈਨੂੰ ਲੱਗਦਾ ਸਾਰਿਆਂ ਨਾਲ ਹੀ ਇਦਾਂ ਹੁੰਦਾ ਹੈ ਕਿ ਉਹ ਆਪਦੇ ਗਾਣੇ ਸੁਣ ਕੇ ਰੋ ਪੈਂਦੇ ਆਂ ਕਈ ਵਾਰ ਕੇ ਯਾਰ ਹਾਂ ਵੀ ਆ ਤਾਂ ਹੈ ਕਿਤੇ ਨਾ ਕਿ ਤੇ ਇਮੋਸ਼ਨਸ ਹੀ ਨੇ ਜਿਹੜੇ ਸਾਨੂੰ ਅੱਜ ਚਲਾਈ ਫਿਰਦੇ ਆ ਨਾ ਇਮੋਸ਼ਨਸ ਨਾਲ ਹੀ ਸਾਰਾ ਕੁਝ ਨਹੀਂ ਤਾਂ ਮਸ਼ੀਨ ਹੀ ਬਣ ਜਾਣਾ ਸੀ ਹਾਂ ਤੇ ਤੁਸੀਂ ਬਾਲੀਵੁੱਡ Song ਵੀ ਦਿਲਬਰਾ ਕੀਤਾ ਹੈ ਨਾ ਤੇ ਪਰੰਪਰਾ ਦੇ ਨਾਲ ਸਚੇਤ ਪਰੰਪਰਾ ਦੇ ਨਾਲ ਹੈ ਨਾ ਤੇ ਕਿੰਨਾ ਕੁ ਡਿਫਰੈਂਟ ਹੈ ਪਾਲੀਵੁੱਡ ਤੇ ਬਾਲੀਵੁੱਡ ਦੇ ਲਈ ਲਿਖਣਾ ਜਾਂ ਕੰਮ ਕਰਨਾ ਦੇਖੋ ਜੇ ਟ੍ਰੈਡੀਸ਼ਨਲੀ ਚੱਲੀਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਪਿਓਰ ਹਿੰਦੀ ਹੈ ਮੈਂ ਇਵਨ ਕਾਫੀ ਕੁਝ ਕਰ ਰਹੇ ਹਾਂ ਬਟ ਮੈਨੂੰ ਲੱਗ ਮੈਂ ਪਹਿਲੇ ਵੀ ਮੈਂ ਕਰ ਰਹੇ ਹਾਂ ਪਰ ਉਹ ਥੋੜਾ ਜਿਹਾ ਨਾ ਕਿਤੇ ਨਾ ਕਿਤੇ ਸਾਨੂੰ ਕਹਿੰਦੇ ਨੇ ਕਿ ਇਹ ਤਾਂ ਇੱਥੇ ਵਾਲੇ ਬੰਦੇ ਕਰ ਹੀ ਜਾਂਦੇ ਤੁਸੀਂ ਸਾਨੂੰ ਨਾ ਥੋੜਾ ਪੰਜਾਬੀ ਟੱਚ ਚ ਦੋ ਕੁਝ ਤਾਂ ਉਹ ਚੀਜ਼ਾਂ ਲਈ ਉੱਥੇ بڑے ਬੰਦੇ ਨੇ ਬੜਾ ਹੀ ਹਾਰਡ ਕੰਪੀਟੀਸ਼ਨ ਹੈ ਪਰ ਜੋ ਅਸੀਂ ਇੱਥੇ ਕਰਦੇ ਪਏ ਆ ਸਾਡਾ 뮤직 ਜਿਹੜਾ ਬਾਲੀਵੁੱਡ ਚ ਪਸੰਦ ਆ ਰਿਹਾ ਤਾਂ ਉਹਦੇ ਲਈ ਉਹ ਅਸੀਂ ਕਰ ਸਕਦੇ ਹਾਂ ਸੋ ਇਹੀ ਡਿਫਰੈਂਸ ਹੈ ਕਿ ਜੋ ਟੌਪਿਕ ਪੰਜਾਬ ਵਾਲੇ ਚੱਕਦੇ ਆ ਨਾ ਉਹ ਦੁਨੀਆ ਚ ਕੋਈ ਨਹੀਂ ਰੱਖ ਸਕਦਾ ਛੱਡਦਾ ਹੀ ਨਹੀਂ ਹੁਸ਼ ਤੇ ਕੁਝ ਗਾਣੇ ਜਿਹੜੇ ਪੰਜਾਬੀ ਉਹ ਹਿੰਦੀ बन ਜਾਂਦੇ ਨੇ ਉਹ ਕਿਵੇਂ ਦਾ ਲੱਗਦਾ ਸਾਨੂੰ ਇੱਥੇ ਨਾ ਦੋ ਪ੍ਰੋਬਲਮਸ ਨੇ ਕਿ ਪੈਨ ਇੰਡੀਆ ਤੇ ਜਾ ਕੇ ਨਾ ਚੀਜ਼ਾਂ ਸ਼ਾਇਦ ਆਪਾਂ ਵੀ ਕੋਈ ਸਾਊਥ ਇੰਡੀਅਨ ਗਾਣਾ ਅਗਰ ਹਿੰਦੀ ਚ ਜਾ ਕਹਿ ਲਓ ਕਿ ਪੈਨ ਇੰਡੀਆ ਲੈਵਲ ਤੇ ਰਿਲੀਜ਼ ਕਰਕੇ ਚੇਂਜ ਕਰਕੇ ਤਾਂ ਸਾਨੂੰ ਕੋਈ ਇੰਨਾ ਬਹੁਤ ਇਫੈਕਟ ਨਹੀਂ ਕਰੇਗਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਲੈਂਗੁਏਜ ਸਮਝ ਹੀ ਨਹੀਂ ਆ ਰਹੀ ਚਾਹੇ ਉਹ ਗਲਤ ਵੀ ਕਰੇ ਅਗਰ ਵਾਈਬ ਵਧੀਆ ਗਾਣੇ ਦੀ ਤੋ ਆਪਾਂ ਸੋਣੀ ਲਵਾਂਗੇ ਹਨ ਇਹੀ ਸੋਚਦੇ ਆ ਬੰਬੇ ਵਾਲੇ ਵੀ ਕਿ ਐਕਚੁਅਲੀ ਉਹਨਾਂ ਨੂੰ ਵੀ ਪੂਰਾ ਨਹੀਂ ਪਤਾ ਨਾ ਸਾਰੇ ਤਾਂ ਪੰਜਾਬੀ ਨਹੀਂ ਐ ਔਰ ਉਹ ਜਿਵੇਂ ਸਾਡੇ ਗਾਣੇ ਚ ਵੀ ਤਨਿਸ਼ਕ ਨੇ ਉਹ ਕਰਤਾ ਸੀਗਾ ਕੁ ਸਰਟਨ ਵੱਖਰਾ ਸਵੈਗ ਨਹੀਂ ਕੁੜੀ ਹੀ ਗਾ ਰਹੀ ਔਰ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਕਿ ਇਹਨੂੰ ਵੇ ਕਰ ਦੋ ਕਹਿੰਦੇ ਨਹੀਂ ਅੱਛਾ ਲੱਗ ਰਿਹਾ ਐਸੇ ਹੀ ਚੱਲਨੇ ਮੈਂ ਕਿ ਠੀਕ ਹੈ ਕਰ ਲੋ ਮਰਜ਼ੀਆਂ ਜੋ ਕਰਨੇ ਤਾਂ ਆਪਾਂ ਨੂੰ ਲੱਗਦਾ ਬਟ ਉਹ ਵਧੀਆ ਚੱਲ ਰਹੀਆਂ ਸੀ ਚੀਜ਼ਾਂ ਹਨ ਚੱਲ ਚੁੱਲ ਜਾਂਦੀਆਂ ਉੱਥੇ ਔਰ ਹੁਣ ਮੈਨੂੰ ਲੱਗਦਾ ਕਿ ਉਹ ਬਾਲੀਵੁੱਡ ਚ ਵੀ ਨਵੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਕਿ ਜ਼ਿਆਦਾ ਹੋ ਗਿਆ ਉਹੀ ਪੁਰਾਣੇ ਗਾਣੇ ਔਰ ਸ਼ਾਇਦ ਇਸੇ ਚੱਕਰ ਕਰਕੇ ਫਿਲਮਾਂ ਵੀ ਨਹੀਂ ਚੱਲ ਰਹੀਆਂ ਕਿਉਂ ਮਿਊਜ਼ਿਕ ਫਿਲਮਾਂ ਚ ਲਾਉਂਦੇ ਹਮ ਮਿਊਜ਼ਿਕ ਅੱਛਾ ਨਹੀਂ ਹੋਏਗਾ ਨਮ ਪਹਿਲੇ ਤੁਸੀਂ ਦੇਖਿਆ ਕਿ ਜਦੋਂ ਪੁਰਾਣੇ ਆਪਾਂ ਨੂੰ ਨਾ ਗਾਣੇ yaad ਨਾਲ ਨਾਲ ਸਿੰਗਰ ਸਿੰਗਰ ਨਹੀਂ ਸੌਰੀ ਐਕਟਰ ਵੀ yaad ਕਿ ਫਲਾਣਾ ਦਾ ਆਹ ਕੋਈ ਗਾਣਾ ਚੱਲ ਜੇ ਨਾ ਤਾਂ ਇਹ ਸੰਨੀ ਦੇ올 ਤੇ ਫਿਲਮਾਇਆ ਗਿਆ ਸੀ ਜਾਂ ਇਹ ਆਪਣੇ ਸ਼ਾਹਰੂਖ ਖਾਨ ਤੇ ਫਿਲਮਾਇਆ ਸੀ ਹੁਣ ਤੁਸੀਂ ਦੱਸ ਦੋ ਇਮਰਾਨ ਉਹਦੀਆਂ ਸਾਰੀਆਂ ਫਿਲਮਾਂ हाँ। हाँ। गाने ਆ ਕਰਕੇ ਹਾਂ ਤਾਂ ਹੁਣ ਤੁਸੀਂ ਦੱਸ ਦੋ ਕਿ ਕੋਈ ਵੀ ਗਾਣਾ ਆਪਾਂ ਨੂੰ ਬਹੁਤ ਰੇਅਰ ਗਾਣੇ ਆ ਜਿਹੜੇ ਪਤਾ ਚੱਲਦਾ ਹੈ ਕਿ ਅੱਛਾ ਇਹ ਫਲਾਣੀ ਫਿਲਮ ਦਾ ਤਾਂ ਇਹ ਫਰਕ ਪੈ ਗਿਆ ਤੇ ਤੁਹਾਡੇ ਇੰਸਟਾਗ੍ਰam ਦੇ ਕੈਪਸ਼ਨਸ ਬਹੁਤ ਪਿਆਰੇ ਹੁੰਦੇ ਆ ਤੇ ਕਦੇ ਹੋਇਆ ਤੁਹਾਡੇ ਯਾਰਾ ਵੇਲੀਆਂ ਨੇ ਕਿਹਾ ਹੋਏਗੀ ਨਵੀਂ ਯਾਰੀ ਇੱਕ ਫੋਟੋ ਪਾਉਣੀ ਹੈ ਫਟਾਫਟ ਇੱਕ ਕੈਪਸ਼ਨ ਪਹਿਲੇ ਤਾਂ ਮਤਲਬ ਮੈਂ ਜਿਵੇਂ ਰੰਜੋ ਦਾ ਗਿਲ ਰੰਜੋ ਦਾ ਜਾਂ ਅਸੀਂ ਸਾਰੇ ਜਿੰਨੇ ਮੇਰੇ ਸਰਕਲ ਚਾ ਤਾਂ ਸਾਰਿਆਂ ਦੇ ਇਦਾਂ ਹੁਣ ਥੋੜਾ ਟ੍ਰੈਂਡ ਬਦਲ ਗਿਆ ਫੋਟੋਸ ਵੈਸੀ ਅੱਜ ਕੱਲ ਘੰਟੇ ਪੈਂਦੀਆਂ ਅੱਜ ਕੱਲ ਰੀਲਸ ਦਾ ਜ਼ਮਾਨਾ ਸਾਰਿਆ ਕੁਝ ਰੀਲਸ ਤੇ ਆ ਗਿਆ ਤਾਂ ਪਹਿਲੇ ਤਾਂ ਬਹੁਤ ਜ਼ਿਆਦਾ ਹੁੰਦਾ ਸੀ ਈਵਨ ਜਿੰਨੇ ਵੀ ਮੈਨੂੰ ਯਾਦ ਆ ਪਿੱਛੇ ਜੇ ਲਾਸਟ ਤਾਂ ਹੀ ਲਾਸਟ ਈਅਰ ਦੀ ਗੱਲ ਹਾਂ ਨਿੰਜਾਜ਼ ਇਨ ਨਿੰਜਾ ਦੀ ਐਨੀਵਰਸਰੀ ਸੀਗੀ ਅੱਛਾ ਤਾਂ ਮੈਨੂੰ ਕਹਿ ਰਹੇ ਜਲਦੀ ਜਲਦੀ ਕੁਝ ਕੈਪਸ਼ਨ ਬਣਾ ਕੇ ਦੇ ਦੇਤਾ ਸੀ ਮੈਂ ਲਿਖ ਕੇ ਹਾਂ ਉਹ ਪਰ ਉਹਨੇ ਮੈਨੂੰ ਲੱਗਦਾ ਕਿ ਉਹਨੇ ਪਾਇਆ ਨਹੀਂ ਸੀਗਾ ਥੋੜਾ ਜਿਹਾ ਵਿੱਚੋਂ ਕੱਟ ਕੇ ਪਾਤਾ ਸੀ ਕਿ ਅੱਛਾ ਮੈਂ ਜ਼ਿਆਦਾ ਫਿਰ ਕਈ ਵਾਰ ਡੂੰਗਾ ਲਿਖ ਦਿੰਦਾ ਫਿਰ ਉਹ ਵੀ ਪ੍ਰੋਬਲਮ ਹੁੰਦੀ ਆ ਤੇ ਮੇਰਾ ਅਗਲਾ ਸਵਾਲ ਵੀ ਕੁਛ ਇਦਾਂ ਦਾ ਹੀ ਹੈ ਹਾਂਜੀ ਹੁਣ 1 ਮਿੰਟ 뮤직 ਦੇ ਵਿੱਚ ਜਿਹੜਾ ਤੁਹਾਡਾ Song ਹੈ ਉਹ ਕਿੰਨਾ viral ਹੋ ਰਿਹਾ ਹੈ ਹੈਨਾ 10000 ਤੋਂ ਉੱਤੇ Reels ਬਣ ਰਹੀਆਂ ਨੇ ਹਾਂਜੀ ਹਾਂਜੀ ਪਰ ਇਹਦਾ ਕੀ ਇੰਪੈਕਟ ਪਏਗਾ ਜਿਹੜੇ traditional songs 2-3 ਮਿੰਟ ਦੇ ਜਿਹੜੇ ਹੁੰਦੇ ਆ 2-3 ਮਿੰਟ ਦੇ ਤੇ ਹੁਣ ਜਦੋਂ ਤੁਸੀਂ ਲਿਖਦੇ ਹੋ ਤੁਸੀਂ ਇਹ ਸੋਚਦੇ ਹੋ ਕਿ 2-3 ਲੈਣਾ ਇਦਾਂ ਦੀ ਹੋਣੀ ਚਾਹੀਦੀ ਆ ਜੋ Reel ਦੇ ਵਿੱਚ ਆ ਜਾਵੇ catchy ਹੋਵੇ ਬਹੁਤ ਜ਼ਿਆਦਾ ਸੋਚਣਾ ਪੈ ਰਿਹਾ ਕਿਉਂਕਿ ਪੰਗਾ ਕਿੱਥੇ ਪੈ ਗਿਆ ਕਿ ਸਾਡੇ ਕੋਲ ਨਾ ਟਾਈਮ ਹੈ ਨਹੀਂ ਔਰ 뮤직 ਦਾ ਨਾ ਬੇੜਾ ਕਰਕ ਵੀ ਇਸੇ ਚੱਕਰ ਝੂਰੇ ਕਿ ਅਸੀਂ ਜੋ ਬਣਾਉਣਾ ਉਹ ਅਸੀਂ ਬਣਾ ਹੀ ਨਹੀਂ ਬਾਰੇ ਪੰਗਾ ਹੀ ਇਹ ਪੈ ਰਿਹਾ ਔਰ ਮੈਂ ਸ਼ਾਇਦ ਇਹੀ ਵਜ੍ਹਾ ਹੈ ਕਿ ਮੈਂ ਸਿੰਗਰ ਬਣ ਗਿਆ ਕਿਉਂਕਿ ਮੈਂ ਗਾਣੇ ਬਣਾ ਰਿਹਾ ਜੋ ਮੈਨੂੰ ਵਧੀਆ ਲੱਗਦੇ ਕਿ ਮੈਂ ਬਣਾਏ ਹੁਣ ਸਿੰਗਰਸ ਨੂੰ ਸ਼ਾਇਦ ਉਹ ਜੋ ਚੱਲ ਰਿਹਾ ਹਰ ਕੋਈ ਮੈਂ ਵੀ ਉਹਨਾਂ ਦੀ ਜਗ੍ਹਾ ਹੋਊਂਗਾ ਤਾਂ ਸ਼ਾਇਦ ਮੈਂ ਵੀ ਉਹੀ ਕੁਝ ਕਰੂੰਗਾ ਕਿ ਜੋ ਚੱਲ ਰਿਹਾ ਜੋ ਡਿਮਾਂਡ ਚ ਹੈ ਵੀ ਮੈਨੂੰ ਉਹ ਚਾਹੇ ਉਹ ਉਹਦੀ ਵੋਕਲ ਨੂੰ ਸੂਟ ਕਰੇ ਚਾਹੇ ਨਾ ਕਰੇ ਪਰ ਅਸੀਂ ਕਰਨਾ ਹੋਇਆ ਤਾਂ ਫਿਰ ਉੱਥੇ ਫਸ ਕੇ ਮਿਊਜ਼ਿਕ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਕਿਉਂਕਿ ਸਾਰੇ ਜਣੇ ਏ ਪੀ ਟਲੋ ਨਹੀਂ ਬਣ ਸਕਦੇ ਹਾਂ ਬਿਲਕੁਲ ਤਾਂ ਉਹ ਸਦਾ ਆਪਣਾ ਆਪਣਾ ਜਨਰ ਹੈ ਸਰਤਾਜ ਅਲੱਗ ਕਰ ਰਿਹਾ ਹਾਂ ਹਾਂ ਸਾਰਿਆਂ ਦਾ ਤਾਂ ਮੈਂ ਮੈਂ ਸੱਚੀ ਗੱਵਾਂ ਮੈਂ ਸਰਤਾਜ ਭਾਜੀ ਤੋਂ ਬਹੁਤ ਇਨਸਪਾਇਰਡ ਹਾਂ ਤਾਂ ਮੈਂ ਇਸੇ ਲਈ ਹੁਣ ਕਿ ਮੈਂ ਨਹੀਂ ਕਹਿੰਦਾ ਕਿ ਮੈਂ ਵੀ ਉਹਨਾਂ ਵਰਗਾ ਗਾ ਲੂੰਗਾ ਜਾਂ ਉਹਨਾਂ ਵਰਗਾ ਲਿਖ ਲੂੰਗਾ ਮੈਂ ਤੇ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ ਆ ਬਟ ਕਿਤੇ ਨਾ ਕਿਤੇ ਕਿ ਉਹ ਜੋ ਆਪਣੇ ਜਨਰ ਚ ਜਾਂ ਇੰਨੇ ਸਾਲਾਂ ਤੋਂ ਲੱਗੇ ਹੋਏ ਆ ਹੋ ਜੋ ਸ਼ੁਰੂ ਲੱਗੇ ਲੱਗ ਚੋ ਜੋ ਹੋਏਗਾ ਦੇਖੀ ਜਾਏਗੀ ਕੰਮ ਕਰੀ ਜੋ ਬਸ ਬਿਲਕੁਲ ਤੇ ਇੱਕ ਹੋਰ ਇੰਟਰਵਿਊ ਦੇ ਵਿੱਚ ਮੈਂ ਰੱਖਿਆ ਸੀ ਕਿ ਲਾਕਡਾਊਨ ਚ ਤੁਸੀਂ ਕਲੱਬ ਹਾਊਸ ਤੇ ਬੜੇ ਐਕਟਿਵ ਹੋ ਗਏ ਸੀ ਹਾਂ ਬੜੀਆਂ ਲੜਾਈਆਂ ਪੈਂਦੀਆਂ ਉੱਥੇ ਦੱਸੋ ਕੀ ਕੀਤਾ ਸੀ ਉਹਦੇ ਵਿੱਚ ਵਧੀਆ ਹੈਲਦੀ ਡਿਸਕਸ਼ਨਸ ਉਹ ਹੁੰਦਾ ਠੀਕ ਹੈ ਪਰ ਗਾਲ ਗਲੋਚ ਉਹ ਉਹ ਚੀਜ਼ਾਂ ਵਧੀਆ ਨਹੀਂ ਹਾਂ ਹਾਂ ਇਹ ਜ਼ਰੂਰ ਹੋਇਆ ਕਲੱਬ ਹਾਊਸ ਕਰਕੇ ਜਿਵੇਂ ਸ਼ਿਵਾ ਮੁੰਡਾ ਇੱਕ ਸਿਮਰਨ ਕਰਕੇ ਲੜਕੀ ਹੈ ਕਾਫੀ ਸਾਰੇ ਅੱਛੇ ਸਿੰਗਰਸ ਉੱਥੇ ਮਿਲੇ ਆ ਜਿਨ੍ਹਾਂ ਨਾਲ ਫਿਊਚਰ 'ਚ ਆਪਾਂ ਕਰਦੇ ਪਈਆਂ ਗਾਣੇ ਔਰ ਸ਼ਿਵੇ ਦਾ ਤਾਂ ਆਪਾਂ ਗਾਣਾ ਆਲਰੇਡੀ ਇੱਕ ਕਰ ਵੀ ਚੁੱਕੇ ਹਾਂ ਤਾਂ ਸਹੀ ਹੈ ਕਲੱਬ ਅੱਛੀਆਂ ਚੀਜ਼ਾਂ ਵੀ ਹੋਈਆਂ ਕੁਝ ਬੁਰੇ ਐਕਸਪੀਰੀਅੰਸ ਵੀ ਥੇ ਸਹੀ ਸੀ ਓਵਰঅল ਵਧੀਆ ਟੌਪਿਕ ਕੀ ਹੁੰਦੇ ਸੀ ਤੁਹਾਡੇ ਗਰੁੱਪਸ ਤੇ ਦੇਖੋ ਪਹਿਲੇ ਤਾਂ ਜਦੋਂ ਆਪਾਂ ਉੱਥੇ ਗਏ ਆ ਈਵਨ ਸ਼ੁਰੂ ਉਸ ਟਾਈਮ ਬੜੇ ਸਾਰੇ ਜਣੇ ਵੇਲੇ ਹੁੰਦੇ ਸੀ ਕਰਨ ਜੋਹਰ ਤੱਕ ਆਉਂਦੇ ਰਹੇ ਨੇ ਗਰੁੱਪ ਉਸ ਤੇ ਸਾਰੇ ਕੋਈ ਮੈਨੂੰ ਕੋਈ ਹਾਂ ਇੱਕ ਦਿਨ ਤਾਂ ਹਾਰਦੀ ਤੇ ਆਪਣਾ ਉਹ ਸੀ ਹਾਰਦੀ ਸੰਧੂ ਵੀ ਵੀਰ ਆ ਗਿਆ ਉਹਨੂੰ ਐਡ ਕੀਤਾ ਮੈਂ ਤਾਂ ਉਹ ਆ ਗਿਆ ਦੋ ਤਿੰਨ ਮਿੰਟ ਗੱਲ ਕੀਤੀ ਜਾਂਦਾ ਯਾਰ ਬੜਾ ਇੰਟਰਸਟਿੰਗ ਹੈ ਕੰਮ ਹੈ ਨਾ ਪਰ ਸ਼ੁਰੂ ਚ ਲੱਗਦਾ ਕਿ ਬੜਾ ਵਧੀਆ ਪਰ ਬਾਅਦ ਚ ਪਤਾ ਲੱਗਦਾ ਕਿ ਯਾਰ ਇਹ ਤਾਂ ਬੜਾ ਟਾਈਮ ਸੇਵਿੰਗ ਕੰਮ ਬੜਾ ਟਾਈਮ ਕੰਜ਼ਿਊਮ ਹੁੰਦਾ ਉੱਥੇ ਤਾਂ ਬੜੀ ਗੰਦੀ ਐਡਿਕਸ਼ਨ ਆ ਤਾਂ ਹੀ ਆਪਾਂ ਕਿਹਾ ਜਿਆਦਾ ਤਾਂ ਕੰਮ ਕਰ ਲੋ ਜਾਂ ਕਲੱਬ ਹਾਊਸ ਚ ਜਾਂ ਹਾਊਸ ਚ ਲਾ ਲੋ ਜਾਂ ਕਲੱਬ ਹਾਊਸ ਦੋ ਚੀਜ਼ਾਂ ਨਹੀਂ ਹੁੰਦੀਆਂ ਫੇ ਚੜਦਾ ਹੁਣ हां ਹੁਣ ਤਾਂ ਮਤਲਬ ਉਹ ਹਾਈਪ ਸੀਗਾ ਨਾ ਪਹਿਲਾਂ ਬਹੁਤ ਸਾਰੇ ਕਦੇ ਨਾ ਕਦੇ ਗੇੜੀ ਜਰੂਰ ਮਾਰ ਕੇ ਦੇਖਦੇ ਆਂ ਕਿ ਕੀ ਨਵੀਂ ਅਪਡੇਟ ਆਈ ਹੈ ਬਟ ਨਹੀਂ ਹੁੰਦੀ ਗਰੁੱਪ ਚ ਗੇੜੀਆਂ ਹਨਾ ਹੁਣ ਤਾਂ ਟਵਿੱਟਰ ਨੇ ਵੀ ਸ਼ੁਰੂ ਕਰਤੀ ਨਾ ਸਪੇਸ ਸੇਮ ਚੀਜ਼ ਟਵਿੱਟਰ ਤੇ ਵੀ ਕਰ ਸਕਦੇ ਹੋ ਤੁਸੀਂ ਉੱਥੇ ਹੈਲਦੀ ਡਿਸਕਸ਼ਨ ਹੁੰਦੀਆਂ ਵਦਿਆ ਕੀ ਸੀਗਾ ਕਿ ਤੁਸੀਂ ਉੱਥੇ ਇੱਕ ਟਾਪਿਕ ਰੱਖੋ ਉਹਦੇ ਤੇ ਗੱਲਬਾਤ ਕਰੋ ਸਾਰਿਆਂ ਦੀ ਸੁਣੋ ਬਟ ਪੰਗਾ ਕਿੱਥੇ ਪੈਂਦਾ ਮੈਂ ਕਹਿੰਦਾ ਵੀ ਮੈਂ ਸਿਆਣਾ ਤੁਸੀਂ ਕਹਿੰਦੇ ਹੋ ਤੁਸੀਂ ਸਿਆਣੇ ਵੀ ਵੀ ਮੇਰੇ ਤੋਂ ਸਿਆਣਾ ਕੌਣ ਆ ਉੱਥੇ ਪੰਗਾ ਪੈ ਜਾਂਦਾ ਇਹ ਮਸਲਾ ਹੈ ਸਿਰਫ ਮੈਂ ਹੀ ਸਿਆਣਾ ਹਾਂ ਹਾਂ ਮੈਂ ਹੀ ਉੱਥੇ ਮੈਂ ਹੀ ਤੇ ਤਾਂ ਪੰਗਾ ਪੈਂਦਾ ਮੈਂ ਹੀ ਤਾਂ ਮਰਵਾਉਂਦੀ ਆ ਬਿਲਕੁਲ ਹੋਮੇ ਘਰੇ ਛੱਡ ਜੋ ਸਾਰਾ ਕੁਝ ਵਧੀਆ ਹੋ ਜਾਊਗਾ ਹੂੰ ਤੇ ਤੁਹਾਡੇ ਰਾਹੀਂ ਲਿਖਿਆ ਗਿਆ ਕੋਈ ਗੀਤ ਜੋ ਤੁਸੀਂ ਏਦਾਂ ਲਿਖਤਾ ਹੋਵੇ ਤੇ ਸੋਚਿਆ ਆ ਕੀ ਲਿਖਤਾ ਮੈਂ ਕੋਈ ਫੇਵਰਿਟ Song ਮਤਲਬ ਆ ਕੀ ਲਿਕ ਕਈ ਵਾਰ ਆ ਕੇ ਨਹੀਂ ਕਈ ਵਾਰੀ ਐਵੇਂ ਹੁੰਦਾ ਕਿ ਰਾਤ ਨੂੰ ਨਾ ਗਾਣਾ ਰਾਤ ਨੂੰ ਜਾਂ ਜਿਵੇਂ ਅਸੀਂ ਬਣਾਇਆ ਗਾਣਾ ਸ਼ਾਮ ਨੂੰ ਤਾਂ ਸਵੇਰੇ ਉਦੋਂ ਲੱਗਦਾਗੇ ਵਾ ਕੀ ਬਣ ਗਿਆ ਸਵੇਰੇ ਸੁਣਦੇਗੇ ਆ ਕੀ ਬਣ ਗਿਆ ਉਹ ਪੁੱਛ ਰਹੇ ਹਾਂ ਨਹੀਂ ਹੁਣ ਜਿਹੜੇ ਜਦੋਂ ਹਵਾ ਦੇ ਵਰਕੇ ਸੀਗਾ ਮੈਨੂੰ ਲੱਗਦਾ ਸੀਗੇ ਇਹ ਬੜਾ ਵਧੀਆ ਹਨਾ ਉਹ ਕਿੰਨੇ ਗਾਣੇ ਇੱਕ ਮੇਰਾ ਨਵਾਂ ਹੀ ਆ ਮੁੰਡਾ ਕਬੀਰ ਇਹਨਾਂ ਨੇ ਆਪਣੇ ਸੋਨੀ ਤੋਂ ਹੁਣੇ ਰੀਸੈਂਟਲੀ ਉਹਦਾ ਗਾਣਾ ਆ ਤਾਂ ਉਹਦੇ ਨਾਲ ਮੇਰੇ ਚਾਰ ਪੰਜ ਗਾਣੇ ਨੇ ਉਹ ਸਾਰੇ ਅਲੱਗ ਲੈਵਲ ਤੇ ਸ਼ਿਵੇ ਦੇ ਵੀ ਮੈਂ ਤਿੰਨ ਚਾਰ ਗਾਣੇ ਕੀਤੇ ਆ ਉਹ ਵੀ ਮੈਨੂੰ ਲੱਗਦਾ ਕਿ ਜਦੋਂ ਵੀ ਰਿਲੀਜ਼ ਹੋਣਗੇ ਤਾਂ ਇੱਕ ਮੇਰਾ ਈਪੀ ਚ ਗਾਣਾ ਆ ਉਹ ਅੰਮੀ ਦੀ ਖੁਆਇਸ਼ ਉਹ ਮੈਨੂੰ ਲੱਗਦਾ ਕਿ ਜਿਵੇਂ ਆਪਾਂ ਪਹਿਲੇ ਗੱਲ ਕਰ ਰਹੇ ਸੀ ਨਾ ਕਿ ਮੇਰੀ ਫੈਮਲੀ ਨੂੰ ਮੇਰੇ ਗਾਣਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਮੰਮੀ ਮੈਨੂੰ ਜਦੋਂ ਵੀ ਫੋਨ ਕਰਦੇ ਉਹ ਪੁੱਛਦੇ ਵੀ ਠੀਕ ਆ ਹੂੰ ਪਾਠ ਪੂਠ ਕਰਦਾ ਬਸ ਇਹੀ ਗੱਲਾਂ ਹੁੰਦੀਆਂ ਰੋਟੀ ਖਾ ਲਈ ਜਾਂ ਬਾਕੀ ਠੀਕ ਆ ਤੇ ਸੇਵਾ ਕਰਿਆ ਕਰੋ ਉਹ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਕੀ ਕਰ ਰਹੇ ਆ ਅਸੀਂ ਜ਼ਿੰਦਗੀ ਚ ਨਿੱਜੀ ਜ਼ਿੰਦਗੀ ਚ ਬਸ ਠੀਕ ਆ ਪੁੱਛ ਲੈਣ ਦੇ ਕੰਮ ਕਰ ਠੀਕ ਆ ਉਹ ਵੀ ਕਦੇ ਸੁਭਾਵਿਕ ਅਦਰਵਾਈਜ਼ ਉਹਦੇ ਲਈ ਮੈਂ ਉਹ ਲਿਖਿਆ ਕਿ ਮੇਰੀ ਮੰਮੀ ਦੀ ਖੁਆਇਸ਼ ਮੈਂ ਸਦਾ ਖੁਸ਼ ਰਹਾ ਮਾ ਥੋੜਾ ਜਿਹਾ ਗਾ ਕੇ ਸੁਣਾ ਦੋ ਭੋਲੀ ਜੇ ਹੀ ਮਾਂ ਮੇਰੀ ਗੱਲਾਂ ਕਰੇ ਰੱਬ ਨਾ ਦੁੱਖ ਮੇਰੇ ਰੱਖ ਲੈਂਦੀ ਖੁਸ਼ੀ ਵੰਡੇ ਸਭ ਨਾ ਉਹਦੀ ਕੋਈ ਤਮਨਾ ਬਸ ਇਨੀ ਗੱਲ ਮਨਾ ਰੋਟੀ ਟਾਈਮ ਨਾਲ ਖਾਵਾਂ ਜ਼ਿੰਮੇਵਾਰੀ ਚੁੱਕ ਲਵਾਂ ਮੇਰੀ ਉਮੀਦ ਈਸ਼ੂ ਮੈਂ ਸਦਾ ਖੁਸ਼ ਰਹਾ ਮਾ ਇੱਕ ਪਾਠ ਰੋਜ਼ ਕਰਾਇਓ ਦਾ ਹਾਲ ਪੁੱਛ ਲਵਾ ਉਹਨਾਂ ਦੇ ਖੁਆਇਸ਼ਾ ਬਹੁਤੀਆਂ ਦਾ ਹੈ ਹੀ ਨਹੀਂ ਨਾ ਕਿ ਉਹਨਾਂ ਦੇ ਪੁੱਤਰ ਉਹਨਾਂ ਨਾਲ ਗੱਲ ਕਰ ਲੈਣ ਉਹ ਹੀ ਬਹੁਤ ਵੱਡੀ ਗੱਲ ਹੋਰ ਕੋਈ ਉਹ ਤਾਂ ਕਿ ਉਹਨਾਂ ਨੂੰ ਕੋਈ ਜ਼ਿਆਦਾ ਖੁਆਇਸ਼ਾਂ ਨਹੀਂ ਐਵਨ ਉਹ ਚਾਹੁੰਦੀਆਂ ਕਿ ਸਾਡੇ ਪੁੱਤਰ ਸਾਡੇ ਕੋਲ ਰਹਿਣ ਪਰ ਹੁਣ ਪ੍ਰੋਬਲਮਸ ਇਹ ਹੈ ਕਿ ਪ੍ਰੋਬਲਮ ਕਿਤੇ ਨਾ ਕਿਤੇ ਕਿ ਪਿੰਡ ਛੱਡੇ ਬਿਨਾ ਚੱਲਦਾ ਵੀ ਨਹੀਂ ਸਿਸਟਮ ਮੈਂ ਟਰਾਈ ਵੀ ਕੀਤਾ ਸੀ ਪਰ ਨਈ ਹੋਵ ਮਾਰੀਆਂ ਚੀਜ਼ਾਂ ਸ਼ਾਇਦ ਕੋਸ਼ਿਸ਼ ਮੈਂ ਮੈਨੂੰ ਬੜੇ ਜਣਿਆਂ ਨੇ ਕਿਹਾ ਕਿ ਯਾਰ ਜਿਵੇਂ ਮੋਸਟਲੀ ਸਾਡੀ ਇੰਡਸਟਰੀ ਚ ਨਾ ਪਹਿਲੀ ਗੱਲ ਤਾਂ ਸਿੰਗਰ ਵਿਆਹ ਹੀ ਬਾਹਰ ਕਰਾਉਂਦੇ ਤੇ ਨਹੀਂ ਤਾਂ ਸਾਰਿਆਂ ਨੇ ਤਕਰੀਬਨ ਆਪਣਾ ਸੈਕਿੰਡ ਹੋਮ ਕਿਤੇ ਨਾ ਕਿਤੇ ਸੈੱਟ ਕੀਤਾ ਹੋਇਆ ਮੈਂ ਥੋੜੇ ਜਣੇ ਹੋਣਗੇ ਮੇਰੇ ਵਰਗੇ ਜਿਹੜੇ ਇੱਥੇ ਹੀ ਤੁਰੇ ਫਿਰਦੇ ਨੇ ਤਾਂ ਮੈਨੂੰ ਲੱਗਦਾ ਕਿ ਮੈਂ ਇਤੋਂ ਅੱਗੇ ਕਿ ਜਣ ਮੈਂ ਤਾਂ ਹੋਰ ਪਿੱਛੇ ਨੂੰ ਜਾਣ ਨੂੰ ਕਿ ਮੈਂ ਪਿੰਡ ਚਲ ਜਾਵਾਂ ਔਰ ਉਹ ਚੀਜ਼ਾਂ ਵਧੀਆਂ ਨੇ ਪਰ ਠੀਕ ਆ ਹੁਣ ਇੱਥੇ ਵੀ ਮੁਹੱਲੇ ਵੀ ਸੈਟਲਡ ਆ ਵਧੀਆ ਸਾਰੇ ਕੁਝ ਹੌਲੀ ਹੌਲੀ ਉਹਨਾਂ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਪਰ ਆਉਣ ਨੂੰ ਤਿਆਰ ਨਹੀਂ ਹੈਗੇ ਰੂਟਸ ਦੇ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ ਪਿੱਛੇ ਜਾਣਾ ਨਹੀਂ ਕਹਿ ਸਕਦੇ ਆਪਾਂ ਹਾਂ ਨਹੀਂ ਨਹੀਂ ਮਤਲਬ ਪਿੱਛੇ ਇੰਦਾ ਸੈਂਸ ਕਿ ਘਰ ਵਾਪਸੀ ਹੂੰ ਬਿਲਕੁਲ ਤੇ ਲਿਟਰੇਚਰ 'ਚ ਵੀ ਇੰਟਰਸਟ ਹੈਗਾ ਤੁਹਾਡਾ ਸ਼ਾਇਦ ਫੇਵਰ ਫੇਵਰ ਸ਼ਾਇਦ ਹਾਂ ਇੱਥੇ ਬੈਠਾ ਅੱਜ कोई फेवरेट ऑथर ਹੋਵੇ ਤੁਹਾਡਾ फेवरेट ਐਵੇਂ ਮੈਂ ਮਤਲਬ ਸ਼ੁਰੂ ਸ਼ੁਰੂ ਚ ਜਿਵੇਂ ਉਦੋਂ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਸ਼ਿਵ ਕੁਮਾਰ ਬਟਾਲਵੀ ਜੀ ਮਤਲਬ ਇੰਨੀ ਵੱਡੀ ਹਸਤੀ ਨੇ ਹਨਾ ਜਿਵੇਂ ਅਮਰਤਾ ਪ੍ਰੀਤਮ ਉਹਨਾਂ ਕਈ ਉਦੋਂ ਮੈਂ ਅਮਰਤਾ ਪ੍ਰੀਤਮ ਹੋਰਾਂ ਤੇ ਵੀ ਕੁਝ ਪੜ ਰਿਹਾ ਸੀਗਾ ਤਾਂ ਉਹਨਾਂ ਬਾਰੇ ਵੀ ਕੋਈ ਸਹੀ ਬੋਲ ਰਿਹਾ ਕੋਈ ਗਲਤ ਬੋਲ ਰਿਹਾ ਕੋਈ ਕੁਝ ਪਰ ਹਰ ਕਿਸੇ ਨੇ ਜੇ ਉਹਨਾਂ ਨੂੰ ਆਪ ਪਰਸਨਲੀ ਲਾਈਫ ਨੂੰ ਛੱਡ ਕੇ ਲਿਟਰੇਚਰ ਵੱਲ ਜਾਣਦੇ ਆ ਤਾਂ ਉਹਨਾਂ ਨੇ ਬਹੁਤ ਕੰਮ ਕੀਤਾ ਹਨਾ ਤੇ ਕਾਫੀ ਜਣੇ ਨੇ ਲਾਲ ਸਿੰਘ ਦਿਲ ਹਨਾ ਤਾਂ ਬੜੀ ਲੰਬੀ ਲਿਸਟ ਹੈ ਕਿ ਸਾਰੇ ਬੜਾ ਅੱਛਾ ਲਿਖਦੇ ਨੇ ਮੇਰੇ ਵੀ ਫੇਵਰੇਟ ਸ਼ਕਮਰ ਬਟਾਲਵੀ ਜੀ ਨੇ ਤੇ ਉਹਨਾਂ ਦੀ ਫੇਵਰੇਟ ਲਾਈਨਸ ਹੈ ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ੇਰ ਦਾ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ੇਰ ਦਾ ਹਾਂਜੀ ਰੀਅਲੀ ਲਵ ਹਮ ਸੰਦੀਪ ਵਰਕ ਜੀ ਦੇ ਨਾਲ ਇੰਟਰਵਿਊ ਕੀਤਾ ਸੀ ਆਪਾਂ ਤੇ ਉਹ ਤੁਹਾਡੀ ਬਹੁਤ ਤਾਰੀਫ ਕਰ ਰਹੇ ਸੀ ਕਿਉਂਕਿ ਉਹ ਮੈਨੂੰ ਵੀ ਮੈਨੇਜ ਕਰਦੇ ਨੇ ਵੀ ਮੈਨੂੰ ਵੀ ਮੈਨੇਜ ਕਰਦੇ ਨੇ ਤੇ ਸ਼ੀ ਸੈਡ ਕਿ ਹੀ ਮੇਕਸ ਮੀ ਫੀਲ ਕੰਫਰਟेबल लाइक ਬੇਸਿਕ ਮੈਨਰਸ ਹੁੰਦੇ ਆ ਨਾ ਕਿ ਉਹਨੂੰ ਪਤਾ ਹੈ ਕਿਦਾਂ ਬਿਹੇਵ ਕਰਨਾ ਹੈ ਪਰ ਅੱਜਕੱਲ ਜਨਰੇਸ਼ਨਸ ਦੇ ਵਿੱਚ ਇਹ ਨਾ ਲੁਕਟ ਹੋ ਰਿਹਾ ਹੈ ਤੋ ਇਹ ਬੇਸਿਕ ਮੈਨਰਸ ਕਿ ਤੋਂ ਮਤਲਬ ਮੈਂ ਨਾ ਬੇਸਿਕ ਮੈਨਰਸ ਜਾਂ ਜਿਵੇਂ ਜੂਸ ਬਾਜੀ ਨੂੰ ਨਾ ਕਿਸੇ ਨੇ ਪੁੱਛਿਆ ਸੀ ਕਿ ਇੰਟਰਵਿਊ ਚ ਕਿ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ ਉਹ ਕਹਿੰਦੇ ਮੇਰੇ ਮੰਮੀ ਪਾਪਾ ਤੋਂ ਲਾਈਕ ਉਵੇਂ ਕਿ ਇਹ ਚੀਜ਼ਾਂ ਕੋਈ ਸਿਖਿਆ ਕਿਸੇ ਨੂੰ ਸਿਖਾ ਕੇ ਨਹੀਂ ਜਾਂਦਾ ਇਹ ਤੁਸੀਂ ਘਰੋਂ ਸਿੱਖ ਕੇ ਆਉਨੇ ਹੋ ਬਾਕੀ ਡਿਵੈਲਪ ਤੁਸੀਂ ਕਰ ਸਕਦੇ ਹੋ ਪਰਸਨੈਲਿਟੀ ਬਾਕੀ ਜਿਹੜੀ ਜ਼ੀਰੋ ਹੈ ਨਾ ਜਿਹੜਾ ਤੁਹਾਡਾ ਉਹ ਤੁਸੀਂ ਘਰੋਂ ਹੀ ਸਿੱਖਦੇ ਹੋ ਤਾਂ ਇਹ ਉੱਥੋਂ ਹੀ ਆਈਆਂ ਔਰ ਠੀਕ ਹੈ ਵਧੀਆ ਚੱਲ ਰਿਹਾ ਸੰਦੀਪ ਮੇਰੀ ਛੋਟੀ ਭੈਣ ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭੈਣਾਂ ਨ ਵੀਰਾਂ ਦੀ ਤਾਰੀਫ਼ ਹੀ ਕਰਦੀ ਹੁੰਦੀਆਂ ਬਿਲਕੁਲ ਤੇ ਮਿੱਤਰਾਂ ਦੇ ਬੂਟ ਦਾ ਜਿਹੜੀ ਸਟੋਰੀ ਹੈ ਕਿਉਂਕਿ ਇਹ ਆਈਡੀਆ ਬੜਾ ਹੀ ਅਲੱਗਸਾ ਹੈ ਤਾਂ ਇਸke ਪਿੱਛੇ ਕੀ ਸਟੋਰੀ ਕਿਆ ਥੀ ਸਟੋਰੀ ਬੇਸਿਕਲੀ 30 ਨਾ ਫੇਅਰਵੈਲ ਸੀਗੀ ਕਾਲਜ ਦੀ ਤਾਂ ਇਹ ਉਦੋਂ ਉੱਥੋਂ ਆਈਡੀਆ ਜਨਰੇਟ ਹੋਇਆ ਸੀ ਮੈਂ ਪਹਿਲੇ ਵੀ ਬੜੀ ਵਾਰੀ ਦੱਸਿਆ ਤਾਂ ਉਹ ਵੀ ਐਵੇਂ ਹਾਦਸੇ ਮਖੌਲ ਚ ਗੱਲ ਚੱਲਦੀ ਸੀ ਔਰ ਮੈਨੂੰ ਲੱਗਾ ਕਿ ਵਧੀਆ ਚੀਜ਼ ਹੈ ਸੋ ਆਪਾਂ ਗਾਣਾ ਬਣਾਤਾ ਠੀਕ ਹੈ ਤੇ ਫਰਸਟ ਆਫ ਆਲ ਕੰਗratulations ਵਖਰਾ ਸਵੈਗ ਦੇ 335 ਮਿਲੀਅਨ ਵਿਊਜ਼ ਹੋ ਗਏ ਨੇ ਥੈਂਕ ਯੂ ਤੇ ਅੱਜ ਵੀ ਜੇ ਆਪਾਂ ਉਹ ਗਾਣਾ ਸੁਣੀਏ ਨਾ ਮਤਲਬ ਉਹੀ ਸੇਮ ਵਾਈਬ ਉਹੀ ਸੇਮ ਫੀਲ ਤੇ ਇਹ ਜਿਹੜੇ ਵਰਡਸ ਹੁੰਦੇ ਆ ਵਖਰਾ ਸਵੈਗ ਹੁਣ ਆਮ ਆਮ ਪਾਸ਼ਾ ਦੇ ਵਿੱਚ ਵੀ ਬੜੇ ਯੂਜ਼ ਕਰ ਰਹੇ ਆ ਆਪਾਂ ਤੇ ਇਹ ਕਿੱਥੋਂ ਤੁਸੀਂ ਸੋਚਦੇ ਹੋ ਨਹੀਂ ਮਤਲਬ ਇੱਕ ਵਰਡ ਕਿੱਥੋਂ ਮੈਂ ਨਾ ਇੱਕ ਚੀਜ਼ ਕਹਣਾ ਕਿ ਸੋਚ ਕੇ ਲਿਖਾਂਗੇ ਤਾਂ ਸ਼ਾਇਦ ਮਜ਼ਾ ਨਹੀਂ ਆਏਗਾ ਲਿਖ ਕੇ ਫਿਰ ਉਹਨੂੰ ਸੋਚੀਏ ਜਾਂ ਪੜ੍ਹੀਏ ਤਾਂ ਉਹ ਓਪੋਜ਼ਿਟ ਜਿਹੜਾ ਹੈ ਨਾ ਕਿ ਪਹਿਲਾਂ ਲਿਖ ਦੋ ਜੋ ਆ ਰਿਹਾ ਉਹ ਲਿਖ ਦੋ ਫਿਰ ਦੇਖੋ ਕਿ ਯਾਰ ਠੀਕ ਹੈ ਤਾਂ ਚਲਾ ਦਿਓ ਕੰਮ ਨਹੀਂ ਤਾਂ ਛੱਡ ਦਿਓ ਜਿਆਦਾ ਸੋਚਣ ਲੱਗ ਪਈਏ ਤਾਂ ਫਿਰ ਚੀਜ਼ਾਂ ਹੁੰਦੀਆਂ ਨਹੀਂ ਸੋਚ ਕੇ ਨਹੀਂ ਲਿਖਿਆ ਜਾ ਸਕਦਾ ਇਹ ਮੈਨੂੰ ਲੱਗਦਾ ਬਾਕੀ ਕਦੇ-ਕਦੇ ਚੀਜ਼ਾਂ ਕੰਪਲੀਟ ਕਰਨ ਲਈ ਹਾਂ ਉਹਦੀ ਤਿਆਰੀ ਵੀ ਕਰਨੀ ਪੈ ਜਾਂਦੀ ਆ ਉਹ ਕੀਤੀਆਂ ਵੀ ਆ ਬਟ ਜਿਹੜਾ ਆਪੇ ਹੁੰਦਾ ਨਾ ਉਹ ਉਹਦੀ ਕੋਈ ਰੀਸ ਨਹੀਂ ਹੈ ਤਾਂ ਇਹ ਪਤਾ ਨਹੀਂ ਕਿੱਥੋਂ ਉਹ ਆ ਗਿਆ ਵਰਡ ਤਾਂ ਹੋ ਗਿਆ ਉਹ ਉਹਦੇ ਚ ਐਕਚੁਅਲੀ ਕੰਪੋਜੀਸ਼ਨ ਚ ਵੱਖਰਾ ਵਰਡ ਫਿੱਟ ਹੋ ਰਿਹਾ ਸੀ ਅੱਛਾ ਹੈਨਾ ਤਾਂ ਤੇਰੇ ਯਾਰ ਦਾ ਤਾਂ ਜੇ ਵੱਖਰਾ ਨਹੀਂ ਆਏਗਾ ਤਾਂ ਉਹ ਫਿਰ ਉਹ ਵਧੀਆ ਨਹੀਂ ਲੱਗੇਗੀ ਲਾਈਨ ਤਾਂ ਉਹ ਵੱਖਰਾ ਫਿੱਟ ਹੋਇਆ ਸਵੈਗ ਦੇ ਨਾਲ ਉਸ ਟਾਈਮ ਪਹਿਲੇ ਨਾਮ ਸਵੈਗ ਰੱਖਿਆ ਹੋਇਆ ਸੀ ਗਾਣੀ ਦਾ ਫਿਰ ਉਹ ਵੱਖਰਾ ਸਵੈਗ ਸਵੈਗ ਇੱਕ ਦੋ ਆ ਗਏ ਜੀਏ ਤਾਂ ਫਿਰ ਉਹ ਵੱਖਰਾ ਸਵੈਗ ਹੋ ਗਿਆ ਹੂੰ ਤੇ ਲਾਹੌਰ Song ਵੀ ਇਦਾਂ ਹੀ ਸੀ ਤੁਸੀਂ ਗਿੱਪੀ ਗਰੇਵਾਲ ਦੇ ਨਾਲ ਕੀਤਾ ਤੇ ਲਾਹੌਰ ਮੈਂ ਪਹਿਲਾਂ ਹੀ ਕਰੀ ਬੈਠਾ ਸੀ ਆ ਹੂੰ ਐਕਚੁਅਲੀ ਮਿੱਤਰਾਂ ਦੇ ਬੂਟ ਤੇ ਲਾਹੌਰ ਗਾਣਾ ਅਸੀਂ ਪਹਿਲੇ ਕਰ ਲਿਆ ਹੋਏ ਸੀ ਵੱਖਰਾ ਸਵੈਗ ਉਹ ਮੈਨੂੰ ਨਾ ਵਧੀਆ ਲੱਗਦਾ ਸੀ ਕਿ ਮੈਂ ਉਹਦੇ ਚ ਜਿੰਨੇ ਵੀ ਇੰਡੀਆ ਪਾਕਿਸਤਾਨ ਦੇ ਸੋਹਣੇ ਸੋਹਣੇ ਸ਼ਹਿਰ ਸੀ ਜਾਂ ਔਰ ਇਵਨ ਬਾਹਰ ਦੇ ਵੀ ਜਮੈਂ ਐਵੇਂ ਇਕੱਠੇ ਕੀਤੇ ਤੇ ਗਾਣਾ ਬਣਾਤਾ ਉਹਦੇ ਚ ਕਰਾਚੀ ਵੀ ਹੈ ਲੰਡਨ ਵੀ ਹੈ ਹਰ ਚੀਜ਼ ਹੈ ਤਾਂ ਕੀ ਸੌਰੀ ਕੁਐਸਚਨ ਕੀ ਸੀਗਾ ਕੁਐਸਚਨ ਇਹ ਸੀਗੀ ਕਿ ਉਹ ਉਸ ਤੋਂ ਬਾਅਦ ਟ੍ਰੈਂਡ ਬਣ ਗਿਆ ਅੱਜ ਕੱਲ ਕੱਲ ਵੀ ਇੱਕ ਲਾਹੌਰ ਤੇ ਗਾਣਾ ਆ ਬਹੁਤ ਸਾਰੇ ਮਤਲਬ इवन ਮੈਂ ਇੱਕ ਗਾਣਾ ਈਰਾਨ ਤੇ ਵੀ ਲਿਖਿਆ ਸੀ ਫਿਰ ਮੈਂ ਛੱਡਤਾ ਔਰ ਉਹ ਆਈ ਥਿੰਕ ਆ ਆ ਵੀ ਗਏ ਉਦਾਂ ਦੇ ਗਾਣੇ ਨਾ ਤਾਂ ਮੈਨੂੰ ਵੀ ਲੱਗਿਆ ਕਿ ਯਾਰ ਜ਼ਿਆਦਾ ਹੋ ਰਿਹਾ ਕਿ ਮੈਂ ਕੋਸ਼ਿਸ਼ ਕਰਦਾਂਗੇ ਇੱਕ ਟਾਪਿਕ ਤੇ ਜੇ ਆਪਾਂ ਕੰਮ ਕਰ ਲਿਓ ਤੇ ਉਹਦੇ ਵਰਗਾ ਨਾ ਕਰੀਏ ਕਿ ਹਰ ਵਾਰ ਕੁਝ ਨਾ ਕੁਝ ਨਵਾਂ ਕਰੋ ਹੁਣ ਤਾਂ ਇੱਕ ਕੰਪੀਟੀਸ਼ਨ ਹੀ ਇੰਨਾ ਜ਼ਿਆਦਾ ਹੈ ਕਿ ਟਾਪਿਕ ਬੜੇ ਜਿਆਦਾ ਬਹੁਤ ਕੰਮ ਕਰਨਾ ਪੈਂਦਾ ਗਾਣਿਆਂ ਤੇ ਪਰ ਤੁਸੀਂ ਟ੍ਰੈਂਡ ਸੈੱਟ ਕਰਤਾ ਨਾ ਲਾਹੌਰ ਹੋ ਗਿਆ ਮੈਂ ਤਾਂ ਕੀ ਕਰਨਾ ਡਾਊਨ ਟੂ ਅਰਥ ਨਹੀਂ ਨਹੀਂ ਆਪੇ ਹੋ ਜਾਂਦੀਆਂ ਚੀਜ਼ਾਂ ਹੁਣ ਕੋਈ ਵੀ ਇੱਥੇ ਕੋਈ ਇਹ ਕਹੇ ਕਿ ਮੈਂ ਆਂ ਕਰਤਾ ਇਹ ਨਹੀਂ ਹੈ ਕਿ ਆਡੀਅנס ਨੇ ਕਰਵਾਤਾ ਹਣ ਜ ਮਤਲਬ ਡੈਸਟ ਨਹੀਂ ਸਾਨੂੰ ਇੱਥੇ ਖਿੱਚ ਕੇ ਲਿਆਈ ਤੇ ਹੋ ਗਈਆਂ ਚੀਜ਼ ਔਰ ਕੋਈ ਇਹ ਕਹਿੰਦਾ ਕਿ ਮੈਂ ਕੀਤਾ ਮੈਂ ਕੀਤਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਚ ਇਨ ਹਾਂ ਠੀਕ ਕੌਨਫੀਡੈਂਸ ਇੱਕ ਚੀਜ਼ ਹੈ ਕਿ ਹਾਂ ਯਾਰ ਵੀ ਆਪਾਂ ਆ ਕਰਨਾ ਅਸੀਂ ਟਰਾਈ ਕਰ ਸਕਦੇ ਆ ਇੰਨੇ ਸੋਹਣੇ ਸੋਹਣੇ ਗਾਣੇ ਆ ਜਿਹੜੇ ਨਹੀਂ ਚੱਲਦੇ ਤਾਂ ਉੱਥੇ ਸਾਡੀ ਮੈਂ ਕਿੱਥੇ ਜਾਂਦੀ ਆ ਫਿਰ ਆਪਾਂ ਆਪਾਂ ਇੱਕ ਸਟੈਂਡਰਡ ਸੈੱਟ ਕਰ ਸਕਦੇ ਕੰਮ ਦਾ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਆ ਚੀਜ਼ ਬਣਾਤੀ ਮੈਂ ਅਸੀਂ ਜੇ ਬਾਲੀਵੁੱਡ ਵਾਲੇ 500 ਕਰੋੜ ਫਿਲਮ ਤੇ ਲਾ ਕੇ ਕਹਿਣ ਕਿ ਅਸੀਂ ਆ ਚਲਾ ਕੇ ਦਿਖਾਵਾਂਗੇ ਤਾਂ ਨਹੀਂ ਚੱਲਦੀਆਂ ਹੈਣਾ ਤਾਂ ਉਹ ਹੀ ਚੀਜ਼ ਹੈ ਕਿ ਅਸੀਂ ਕੋਈ ਇਹ ਨਹੀਂ ਹੋ ਸਕਦਾ ਕਿ ਅਸੀਂ ਕਹੀਏ ਜੀ ਕਿ ਮੈਂ ਆ ਗਾਣਾ ਬਣਾਤਾ ਤੇ ਬਣਾਇਆ ਤਾਂ ਆਡੀਅנס ਨੇ ਹੈ ਨਾ ਅਸੀਂ ਤਾਂ ਕ੍ਰੀਏਟ ਕੀਤਾ ਉਹਨੂੰ ਵੱਡਾ ਆਡੀਅנס ਨੇ ਕਰਨਾ ਇਹ ਵੀ ਕੁਝ ਹੈ ਤੇ ਨਵੀਂ ਕਦੇ ਪ੍ਰੈਸ਼ਰ ਫੀਲ ਹੁੰਦਾ ਹੈ ਕਿ ਹੁਣ ਅੱਗੇ ਕੀ ਬੜਾ ਜਿਆਦਾ ਹੁੰਦਾ ਹੈ ਹੁਣ ਥੋੜੀ ਜੀ ਆਦਤ ਜੀ ਹੋ ਗਈ ਕਿ ਚੱਲ ਇਹਨਾਂ ਚੀਜ਼ਾਂ ਚ ਕਿਉਂਕਿ ਕੰਮ ਕਰਦੇ ਕਰਦੇ ਨਾ ਤੁਸੀਂ ਜਿਵੇਂ ਕ੍ਰਿਕਟਰਜ਼ ਹਾਰ ਕੇ ਵੀ ਉਹਨੇ ਅੱਜਕੱਲ ਪ੍ਰੋਫੈਸ਼ਨਲ ਜੇ ਹੋ ਗਏ ਨਾ ਕਿ ਉਹ ਜ਼ਿਆਦਾ ਉਹਨਾਂ ਨੂੰ ਕੋਈ ਫਰਕ ਜੇ ਨਹੀਂ ਪੈਂਦਾ ਔਰ ਹੌਲੀ ਹੌਲੀ ਕਿਤੇ ਨਾ ਕਿਤੇ ਇੱਕ ਟਾਈਮ ਤੇ ਆ ਕੇ ਅਸੀਂ ਪ੍ਰੈਸ਼ਰ ਰਹਿਂਦਾ ਪਰ ਉਹ ਰਿਵੀਲ ਨਹੀਂ ਕਰਦੇ ਕਿ ਚਿਹਰੇ ਤੇ ਨਹੀਂ ਹੱਸਣਾ ਵੀ ਨਾ ਇੱਕ ਆਰਟ ਹੈ ਔਰ ਉਹ ਸਿੱਖ ਜਾਂਦਾ ਬੰਦਾ ਇੱਕ ਟਾਈਮ ਚ ਆ ਕੇ ਨਾ ਤੁਸੀਂ ਮੈਨੂੰ ਪੁੱਛ ਰਹੇ ਸੀ ਕਿ ਮਾਹੌਲ ਉਹ ਆਪੇ ਆ ਜਾਂਦਾ ਹਨਾ ਕਿ ਆ ਉਹ ਹੀ ਪਹਿਲਾਂ ਵਾਲੇ ਇੰਟਰਵਿਊਸ ਦੇਖਾਂਗੇ ਤਾਂ ਉੱਥੇ ਡਰੇ ਡਰੇ ਜੇ ਲੱਗਦੀ ਹੈ ਕਿ ਟਾਈਮ ਨਾਲ ਜਿਵੇਂ ਜਿਵੇਂ ਇਹ ਵੀ ਇੱਕ ਆਰਟ ਹੈ ਨਾ ਆਪਾਂ ਸਿੱਖ ਜਾਂਦੇ ਆ ਆਪੇ ਹੀ ਵਕਤ ਸਿਖਾ ਦਿੰਦਾ ਨਾ ਸਾਰਾ ਕੁਝ ਬਿਲਕੁਲ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਵੀ ਤੇ ਆਈ ਹੋਪ ਤੁਹਾਨੂੰ ਵਧੀਆ ਲੱਗਣਾ ਚਾਹੀਦਾ ਸੀ ਤੁਹਾਨੂੰ ਕਿਵੇਂ ਦਾ ਲੱਗਿਆ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਸੋ ਮੈਂ ਬੱਲੇਬਾਲੀ ਦੇ ਆਫਿਸ ਚ ਜਾ ਕੇ ਤੁਹਾਡੇ ਨਾਲ ਇੰਟਰਵਿਊ ਕਰਕੇ ਬੜਾ ਵਧੀਆ ਫੀਲ ਕਰ ਰਿਹਾ ਹਾਂ ਹੈਨਾ ਤੇ 올 द बेस्ट फॉर योर अपकमिंग ਪ੍ਰੋਜੈਕਟਸ ਥੈਂਕ ਯੂ ਮੈਂ ਉਹ ਲਾਈਨ ਕਹਿੰਦੇ ਹੋਏ ਆਪਾਂ ਇਥੋਂ ਅਲਵਿਦਾ ਲੈਣੀ ਆ ਇੰਟਰਵਿਊ ਚ ਕਿ ਇਸ਼ਕ ਕੀ ਹੈ ਇੱਕੋ ਲਾਈਨ ਚ ਦੱਸਦਾ ਸ਼ਾਇਦ ਦੀ ਡੱਬੀ ਚ ਨਾ ਜ਼ਹਿਰ ਭਰਿਆ ਹੋਏ ਕੀ ਬਾਤ ਹੈ ਥੈਂਕ ਯੂ